ਸਾਨੂੰ ਜੀ ਇੱਥੇ ਪੈਸੇ ਦੀਵਾਨ ਟੋਡਰ ਮੱਲ ਵਾਂਗੂ ਵਿਛਾਉਣੇ ਪੈ ਗਏ, ਅਸੀਂ ਇੱਥੇ ਪੈਸੇ ਵਸਾ ਵੀ ਸਕਦੇ ਹਾਂ। ਇਹ ਮਹਾਰਾਜ ਨੇ ਅਸੀਂ ਮਾਣ ਨਹੀਂ ਕਰਦੇ, ਪਰ ਗੁਰੂ ਮਹਾਰਾਜ ਦੀ ਸਾਡੇ 'ਤੇ ਇੱਡੀ ਬਖਸ਼ਿਸ਼ ਹੈਗੀ ਹੈ। ਪੈਸਾ ਜੋ ਵੀ ਜਿੰਨਾ ਵੀ ਪੈਸਾ ਲੱਗਣਾ ਸੀ ਉਨਾ ਪੈਸਾ ਲਾ ਦਾਂਗੇ। ਇੱਥੇ ਧਨ ਮਨ ਧਨ ਲਾ ਦਾਂਗੇ, ਵੀ ਕੋਈ ਕਿਸੇ ਚੀਜ਼ ਦੀ ਕਸਰ ਨਹੀਂ ਛੱਡੀ ਜਾਊਗੀ, ਜੋ ਟੂਰਿਜ਼ਮ ਦੇ ਹੈਰੀਟੇਜ ਦੇ ਨਿਯਮ ਹੋਣਗੇ। ਸਹਿਯੋਗ ਦੇਣਾ ਚਾਹੁੰਦਾ, ਕੋਈ ਦਾਨ ਦੇਣਾ ਚਾਹੁੰਦਾ ਤਾਂ ਲਓਗੇ ਤੁਸੀਂ ਦਾਨ? ਨਹੀਂ ਜੀ। ਪਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਉਹ ਆਪਾਂ ਪੁਰਾਣੀ ਚੀਜ਼ ਨੂੰ ਪ੍ਰਿਜ਼ਰਵ ਕਰਨਾ, ਉਸ ਚੀਜ਼ ਨੂੰ ਦਿੱਖ ਬਹਾਲ ਕਰਨੀ ਹੈ, ਤੇ ਹੁਣ ਵੀ ਖਰਚਾ ਬਹੁਤ ਆਊਗਾ, ਤਾਂ ਕੀ ਇਹ ਸਾਰਾ ਤੁਹਾਡੀ ਸੰਸਥਾ ਦੇ ਵੱਲੋਂ ਹੀ ਚੱਕਿਆ ਜਾਊ? ਬਿਲਕੁਲ, ਜੋ ਵੀ ਖਰਚਾ ਹੈਗਾ ਸਾਡੇ ਪਰਿਵਾਰ ਹੈ, 30-31 ਪਰਿਵਾਰ ਹੈ। ਅੱਛਾ। ਤੇ ਅਸੀਂ ਉਹਨਾਂ ਪਰਿਵਾਰਾਂ ਦੇ ਵਿੱਚੋਂ 1-2 ਪਰਿਵਾਰ ਨੇ ਵੀ ਉਹ ਇਕੱਲੇ ਹੀ ਸੇਵਾ ਕਰਨ ਨੂੰ ਉਹ ਲੋਚਦੇ ਆ ਵੀ ਸਾਨੂੰ ਇਕੱਲੇ ਨੂੰ ਦਿੱਤੀ ਜਾਵੇ। ਅੱਛਾ। ਤੇ ਬੜੀਆਂ ਬਰਕਤਾਂ ਹੈਗੀਆਂ ਨੇ। ਅਸੀਂ ਇਹ ਚੀਜ਼ ਨੂੰ ਦਾਗ ਨਹੀਂ ਲੱਗਣਾ ਚਾਹੁੰਦੇ ਵੀ ਇਹਨਾਂ ਨੇ ਕਿਸੇ ਲੋਕਾਂ ਤੋਂ ਪੈਸੇ ਮੰਗ ਕੇ ਵੀ ਇਹ ਤਾਂ ਜੀ ਅੱਧੇ ਪੈਸੇ ਰੱਖ ਗਏ, ਅੱਧੇ ਲਾ ਤੇ। ਅਸੀਂ ਤਾਂ ਕਰਕੇ ਅਸੀਂ ਆਪਣੀਆਂ ਜੇਬਾਂ ਦੇ ਵਿੱਚ ਵੀ ਸਾਡੇ ਪਰਿਵਾਰ ਦਾ ਜਿਹੜਾ ਦਸਵੰਧ ਹੈ, 2-2 ਕਰੋੜ 4 ਕਰੋੜ 1-1 ਪਰਿਵਾਰ ਉਹ ਇੱਥੇ ਖਰਚ ਕਰੇਗਾ। ਅਸੀਂ ਮਾਣ ਵੀ ਨਹੀਂ ਕਰਦੇ, ਜੇ ਉਹਨਾਂ ਦੀ ਕਿਸੇ ਕੋਈ ਚੀਜ਼ ਦੀ ਸ਼ਰਧਾ ਹੋਏਗੀ, ਕੋਈ ਖਾਸ ਸੱਜਣ ਆਏਗਾ, ਤਾਂ ਅਸੀਂ ਉਹਨੂੰ ਪ੍ਰੋਜੈਕਟ ਦੱਸ ਸਕਦੇ ਹਾਂ ਵੀ ਤੁਸੀਂ ਆਹ ਚੀਜ਼ ਦੀ ਸੇਵਾ ਆਪਣੇ ਹੱਥੀਂ ਆਪ ਕਰਵਾ ਦਿਓ, ਅਸੀਂ ਉਹਦਾ ਕੋਈ ਪੈਸਾ ਨਹੀਂ ਲਵਾਂਗੇ, ਅਸੀਂ ਪੈਸਾ ਨਹੀਂ ਉਹਦਾ ਹੱਥ 'ਚ ਲਵਾਂਗੇ। 90-95% ਲੋਕਾਂ ਨੂੰ ਇਹ ਪਤਾ ਨਹੀਂ ਹੋਣਾ ਕਿ ਇਹਦੇ ਉੱਪਰ ਕੋਈ ਕੇਸ ਵੀ ਹੈਗਾ। ਹੁਣ ਵੇਖੋ, ਲੀਗਲੀ ਉਹ ਜਿਹੜੀ ਜਾਇਦਾਦ ਆ, ਉਹ ਅੱਜ ਸਾਡੇ ਕੋਲ ਰਜਿਸਟਰੀ ਦੀ ਕਾਪੀ ਵੀ ਪਈ ਆ, ਉਹ ਆਪਣਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਨਾਂ ਆ। ਦੀਵਾਨ ਟੋਡਰਮੱਲ ਜੀ ਜਿਹੜੇ ਇੱਕ ਐਸੇ ਗੁਰਸਿੱਖ ਸਨ ਜਿਹੜੇ ਅੰਮ੍ਰਿਤਧਾਰੀ ਵੀ ਨਹੀਂ ਸੀ, ਉਹਨਾਂ ਨੇ ਜਿੱਦਾਂ ਭਾਅ ਜੀ ਨੇ ਕਿਹਾ, ਧਰਮ ਤੋਂ ਉੱਪਰ ਉੱਠ ਕੇ ਮਨੁੱਖੀ ਕਦਰਾਂ ਕੀਮਤਾਂ ਦੇ ਲਈ ਕੇਵਲ ਸ਼ਹਾਦਤ ਤੋਂ ਬਾਅਦ ਹੀ ਮੋਹਰਾਂ ਨਹੀਂ ਸੀ ਵਿਛਾਈਆਂ, ਸ਼ਹਾਦਤ ਤੋਂ ਪਹਿਲਾਂ ਵੀ ਉਹ ਵਜ਼ੀਰ ਖਾਨ ਦੀ ਕਚਹਿਰੀ 'ਚ ਪੇਸ਼ ਹੋਏ ਸੀ। ਉਹਨਾਂ ਨੇ ਇੱਥੋਂ ਤੱਕ ਵਜ਼ੀਰ ਖਾਨ ਨੂੰ ਆਖਿਆ ਸੀ ਕਿ ਬਲੱਡ ਮਨੀ ਦਾ ਅੱਜ ਦੇ ਸਮੇਂ ਵੀ ਚੱਲਦਾ ਨਾ, ਕਿ ਜੇਕਰ ਤੁਸੀਂ ਜਿੰਨੀ ਅਮਾਊਂਟ ਚਾਹੋ ਮੇਰੇ ਤੋਂ ਲੈ ਲਓ, ਮੈਂ ਦੇਣ ਨੂੰ ਤਿਆਰ ਹਾਂ, ਗੁਰੂ ਸਾਹਿਬ ਦੇ ਸਾਹਿਬਜ਼ਾਦੇ ਅਤੇ ਮਾਤਾ ਜੀ ਉਹਨਾਂ ਨੂੰ ਛੱਡ ਦਿਓ। ਪਰ ਵਜ਼ੀਰ ਖਾਨ ਇਸ ਗੱਲ 'ਤੇ ਨਹੀਂ ਸੀ ਮੰਨਿਆ। ਖਾਨ ਜੀ ਨੇ ਜੋ ਮੋਹਰਾਂ ਵਿਛਾਈਆਂ, ਉਹ ਚੀਜ਼ ਸਾਨੂੰ ਅੱਜ ਵੀ ਇਹ ਅਹਿਸਾਸ ਦਵਾਉਂਦੀ ਆ ਕਿ ਅਸੀਂ ਜੋ ਆਪਣੀ ਸੌੜੀ ਸੋਚ, ਤੰਗ ਸੋਚ ਕਰਕੇ ਸਾਡੇ ਸਮਾਜ ਨੂੰ ਇੱਕ ਗੰਧਲਾ ਬਣਾ ਰੱਖਿਆ, ਇਹਨਾਂ ਧਰਮ ਦੀਆਂ ਨਫ਼ਰਤਾਂ ਤੋਂ ਉੱਪਰ ਉੱਠ ਕੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਦੇ ਲਈ ਅਸੀਂ ਸਿਰ ਜੋੜ ਕੇ ਸਾਰੇ ਅੱਗੇ ਆਈਏ। ਤਾਂ ਜਿਵੇਂ ਦੀ ਪੁਰਾਣੀ 18ਵੀਂ ਸਦੀ ਦੇ ਵਿੱਚ ਇਹ ਦਿੱਖ ਸੀ ਇਸਦੀ, ਉਸਨੂੰ ਹੀ ਬਹਾਲ ਕੀਤਾ ਜਾਊਗਾ? ਬਿਲਕੁਲ, ਜਿਵੇਂ 18ਵੀਂ ਸਦੀ ਦੇ ਵਿੱਚ ਇਹ ਹਵੇਲੀ ਹੈ ਸੀ, ਅਸੀਂ ਇਹਨੂੰ ਬੜਾ ਬਰੀਕੀ ਦੇ ਨਾਲ, ਕਿਉਂਕਿ ਨੀਹਾਂ ਬਹੁਤ ਕੁਛ ਦੱਸ ਦਿੰਦੀਆਂ ਨੇ ਇੰਜੀਨੀਅਰਾਂ ਨੂੰ ਵੀ ਇਹ ਹੈ ਕੀ ਸੀ। ਬਿਲਕੁਲ ਪੁਰਾਤਨ ਦਿੱਖ ਨਾਲ ਪੁਰਾਤਨ ਉਹਨੂੰ ਬਹਾਲ ਕੀਤਾ। ਤਾਂ ਕੀ ਇਹ ਧਿਆਨ ਰੱਖਿਆ ਜਾਊਗਾ ਕਿ ਇਸ ਦੇ ਵਿੱਚ ਕੋਈ ਵੀ ਇਤਿਹਾਸ ਨਾਲ ਛੇੜਖਾਨੀ ਨਾ ਹੋਵੇ, ਜਿਵੇਂ ਦੀ ਉਹ ਮਹਾਰਾਜ ਸੀ ਉਵੇਂ ਦੀ ਬਰਕਰਾਰ, ਉਵੇਂ ਦੀ ਹੀ ਰਹੇ? ਇਹ ਹਵੇਲੀ ਨੂੰ ਉਹ ਸਿਰਫ ਦਰਸ਼ਨ ਕਰਨ ਜਾਇਆ ਕਰਨਗੇ, ਨਾ ਕਿ ਇੱਥੇ ਕੋਈ ਲੰਗਰ ਹਾਲ, ਕੋਈ ਗੁਰਦੁਆਰੇ ਦਾ ਕੋਈ ਧਾਰਮਿਕ ਰੂਪ ਨਹੀਂ ਇਹਨੂੰ ਦਿੱਤਾ ਜਾਏਗਾ। ਇਹ ਸਿਰਫ ਟੂਰਿਜ਼ਮ ਦਾ ਸੁਨੇਹਾ ਦੇਗੀ ਅਤੇ ਮਨੁੱਖੀ ਅਧਿਕਾਰਾਂ ਦਾ ਸੁਨੇਹਾ ਦੇਗੀ।
ਇਸ ਹਵੇਲੀ ਨੂੰ ਇਸ ਤਰੀਕੇ ਦੇ ਨਾਲ ਬਣਾ ਦਿੱਤਾ ਜਾਊਗਾ ਕਿ ਲੋਕੀ ਅੰਦਰ ਤੱਕ ਵੀ ਜਾ ਕੇ ਆ ਸਕਿਆ ਕਰਨਗੇ ਔਰ ਅੰਦਰ ਦੇਖ ਵੀ ਸਕਿਆ ਕਰਨਗੇ, ਭਾਵੇਂ ਉਹ ਪਹਿਲੀ ਇਮਾਰਤ ਹੋਵੇ, ਦੂਜੀ ਹੋਵੇ, ਤੀਜੀ ਮੰਜ਼ਿਲ ਹੋਵੇ। ਬਿਲਕੁਲ। ਅਸੀਂ ਜੋ ਜਿਵੇਂ ਜਿਵੇਂ ਵੀ ਹੈਗੇ ਸੀ ਉਸ ਤਰ੍ਹਾਂ ਅਸੀਂ ਇਹਨੂੰ ਬਿਲਕੁਲ ਇਨ ਪ੍ਰਜਰਵ ਕਰਨਾ। ਪਿਛਲੇ ਕਈ ਸਾਲਾਂ ਤੋਂ ਇਹ ਸਵਾਲ ਖੜਾ ਹੁੰਦਾ ਸੀ ਇਹਦੀ ਉਸਾਰੀ, ਇਹਦੀ ਸਾਂਭ ਸੰਭਾਲ ਕਿਉਂ ਨਹੀਂ ਹੋ ਰਹੀ। ਆਪਾਂ ਨੌਜਵਾਨ ਸਿੰਘ ਰਲ ਮਿਲ ਕੇ ਕੰਮ ਕਰੀਏ ਤਾਂ ਉਸ ਤੋਂ ਬਾਅਦ 'ਚ ਮੈਂ ਭਾਈ ਲਖਵਿੰਦਰ ਸਿੰਘ ਜੀ ਹੁਣਾਂ ਨਾਲ ਗੱਲਬਾਤ ਕੀਤੀ ਵੀ ਭਾਅ ਜੀ ਕਿਉਂ ਨਾ ਆਪਾਂ ਇਹ ਸੇਵਾ ਮਹਾਰਾਜ ਕਿਰਪਾ ਕਰਨ ਖੌਰੇ ਆਪਣੀ ਝੋਲੀ ਇਹ ਪੈਣੀ ਹੋਵੇ। ਸ਼੍ਰੀ ਫਤਿਹਗੜ੍ਹ ਸਾਹਿਬ ਦੀ ਉਹ ਇਤਿਹਾਸਿਕ ਧਰਤੀ ਜਿਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਊਗਾ। ਕਿਵੇਂ ਛੋਟੇ ਸਾਹਿਬਜ਼ਾਦਿਆਂ ਨੇ ਕੌਮ ਦੀ ਖਾਤਰ ਆਪਣੀ ਜਾਨ ਵਾਰ ਦਿੱਤੀ ਪਰ ਧਰਮ ਨਹੀਂ ਬਦਲਿਆ। ਜਿੱਥੇ ਅਸੀਂ ਹਰ ਸਾਲ ਸ਼ਹੀਦੀ ਜੋੜ ਮੇਲ ਦੇ ਉੱਤੇ ਜਦੋਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਜਾਂਦੇ ਹਾਂ ਤਾਂ ਉਸ ਥਾਂ ਨੂੰ ਨਤਮਸਤਕ ਹੁੰਦੇ ਹਾਂ, ਉਸ ਥਾਂ ਨੂੰ ਵੇਖ ਕੇ ਉੱਥੇ ਮੱਥਾ ਟੇਕ ਕੇ ਉਸ ਵੈਰਾਗ ਨੂੰ ਮਹਿਸੂਸ ਕਰਦੇ ਹਾਂ ਅਤੇ ਨਾਲ ਹੀ ਅਸੀਂ ਦੀਵਾਨ ਟੋਡਰ ਮੱਲ ਉਹਨਾਂ ਦੀ ਹਵੇਲੀ ਵੀ ਜਾ ਕੇ ਉਸ ਜਗ੍ਹਾ ਨੂੰ ਵੇਖਦੇ ਹਾਂ ਜਿੱਥੋਂ ਦੀ ਦੀਵਾਨ ਟੋਡਰ ਮੱਲ ਉਹਨਾਂ ਨੇ ਜੋ ਇੱਕ ਸਮੇਂ ਦੇ ਵਿੱਚ ਸਭ ਤੋਂ ਵੱਡੇ ਸ਼ਾਹੂਕਾਰ ਮੰਨੇ ਜਾਂਦੇ ਸੀ ਔਰ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਲਈ ਮਾਤਾ ਗੁਜਰੀ ਜੀ ਦੇ ਲਈ ਸੰਸਕਾਰ ਦੇ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ। ਪਰ ਅੱਜ ਵੇਖ ਕੇ ਉਸ ਇਮਾਰਤ ਨੂੰ, ਉਸ ਹਵੇਲੀ ਨੂੰ ਤਰਸ ਆਉਂਦਾ ਹੈ ਕਿ ਇਹ ਹਵੇਲੀ ਦਾ ਹਾਲ ਕੀ ਹੈ। ਜਿਸ ਇਨਸਾਨ ਨੇ ਛੋਟੇ ਸਾਹਿਬਜ਼ਾਦਿਆਂ ਦੇ ਲਈ, ਮਾਤਾ ਗੁਜਰੀ ਜੀ ਲਈ ਆਪਣਾ ਸਭ ਕੁਛ ਵਾਰ ਦਿੱਤਾ ਹੋਵੇ, ਆਪਣੀ ਸਾਰੀ ਧਨ, ਆਪਣਾ ਸਾਰਾ ਸ਼ੌਹਰਤ, ਸਭ ਕੁਛ ਕੁਰਬਾਨ ਕਰ ਦਿੱਤਾ ਹੋਵੇ, ਉਸ ਹਵੇਲੀ ਨੂੰ ਅਸੀਂ ਕਿਉਂ ਨਹੀਂ ਸਾਂਭ ਸਕੇ? ਪਰ ਅਜਿਹੇ ਕੁਛ ਵਿਅਕਤੀ ਵੀ ਹੁੰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਚਣਕ ਲੱਗਦੀ ਹੈ ਔਰ ਉਹਨਾਂ ਦੇ ਵੱਲੋਂ ਸੋਚਿਆ ਗਿਆ ਕਿ ਕਿਉਂ ਨਾ ਅਸੀਂ ਹੰਭੜਾ ਮਾਰੀਏ, ਅਸੀਂ ਆ ਕੇ ਪਹਿਲਕਦਮੀ ਕਰੀਏ ਔਰ ਦੀਵਾਨ ਟੋਡਰ ਮੱਲ ਉਹਨਾਂ ਦੀ ਹਵੇਲੀ ਨੂੰ ਸਾਂਭੀਏ। ਤਾਂ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਔਰ ਨਾਲ ਹੀ ਉਹਨਾਂ ਦੇ ਸਾਥੀ ਗਿਆਨੀ ਜਸਵਿੰਦਰ ਸਿੰਘ ਹੋਣੀ ਔਰ ਪ੍ਰਧਾਨ ਲਖਵਿੰਦਰ ਸਿੰਘ ਕਾਨੇ ਕੀ ਹੋਣੀ। ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਜ਼ਿਕਰ ਕੀਤਾ ਜੀ, ਹਰ ਸਾਲ ਅਸੀਂ ਸਭਾ ਦੇ ਉੱਤੇ ਜਾਂਦੇ ਹਾਂ ਔਰ ਉਸ ਵਿਰਾਗ ਨੂੰ ਤਾਂ ਜਿੱਥੇ ਮਹਿਸੂਸ ਕਰਦੇ ਹੀ ਕਰਦੇ ਹਾਂ, ਪਰ ਜਦੋਂ ਹਵੇਲੀ ਵੱਲ ਨਜ਼ਰਾਂ ਜਾਂਦੀਆਂ ਨੇ ਤਾਂ ਮਨ ਬੜਾ ਉਦਾਸ ਹੁੰਦਾ। ਇਹੀ ਲੱਗਦਾ ਮਨ ਨੂੰ ਕਿ ਜਿਨ੍ਹਾਂ ਨੇ ਸਾਡੇ ਸਾਹਿਬਜ਼ਾਦਿਆਂ ਵਾਸਤੇ ਆਪਣੀ ਸਾਰੀ ਪ੍ਰੋਪਰਟੀ ਨਿਸ਼ਾਵਰ ਕਰ ਦਿੱਤੀ, ਆਪਣੀ ਸਾਰੀ ਜ਼ਮੀਨ ਜਾਇਦਾਦ ਸਭ ਕੁਛ ਨਿਸ਼ਾਵਰ ਕਰ ਦਿੱਤਾ, ਅਸੀਂ ਉਹਨਾਂ ਦੀ ਹਵੇਲੀ ਨੂੰ ਸਾਂਭ ਤੱਕ ਨਹੀਂ ਸਕੇ। ਤੁਹਾਡੇ ਮਨ ਦੇ ਵਿੱਚ ਕਿਵੇਂ ਆਉਂਦਾ ਕਿ ਇਸ ਹਵੇਲੀ ਨੂੰ ਸਾਂਭਿਆ ਜਾਵੇ ਔਰ ਇਸਦਾ ਨਵੀਨੀਕਰਨ ਕੀਤਾ ਜਾਵੇ, ਇਸ ਨੂੰ ਸਾਂਭ ਕੇ ਇਤਿਹਾਸ ਦੇ ਵਿੱਚ ਜੋ ਸਾਨੂੰ ਚੀਜ਼ ਵਿਰਾਸਤ ਮਿਲੀ ਹੈ ਉਸਨੂੰ ਰੱਖਿਆ ਜਾਵੇ? ਪ੍ਰੋ ਪੰਜਾਬ ਟੀਵੀ ਦਾ ਸਾਰੇ ਦਰਸ਼ਕਾਂ ਦਾ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਹਵੇਲੀ ਦਾ ਜਿੱਥੇ ਤੱਕ ਕਾਰਜ ਹੈਗਾ ਜੀ, ਸਾਨੂੰ ਅਸੀਂ ਤਾਂ ਬਰਨਾਲੇ ਦੇ ਅਤੇ ਬਾਹਰਲੇ ਇਸ ਬਾਹਰ ਰਹਿਣ ਵਾਲੇ ਸੱਜਣ ਹੈ। ਸਾਨੂੰ ਪਤਾ ਲੱਗਿਆ ਜਦੋਂ ਅਸੀਂ ਸਰਹੰਦ ਦੇ ਵਿੱਚ ਦਰਸ਼ਨ ਕਰਨ ਲਈ ਆਏ ਤਾਂ ਵੀ ਉਹ ਹਵੇਲੀ ਦੇ ਹਾਲਾਤ ਇਸ ਤਰ੍ਹਾਂ ਦੇ ਹੈ, ਤਾਂ ਉਸਨੂੰ ਪ੍ਰਜਰਵ ਕਰਨ ਲਈ ਅਸੀਂ ਇੱਕ ਬੀੜਾ ਚੁੱਕਿਆ ਸੀ, ਇੱਕ ਸੰਸਥਾ ਤਿਆਰ ਕੀਤੀ, ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ, ਜਿਹੜੀ ਇੱਕ ਗੈਰ ਮੁਨਾਫਾ ਸੰਸਥਾ ਹੈਗੀ ਹੈ। ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਉਦਮ ਕੀਤਾ ਵੀ ਇਹਨੂੰ ਪ੍ਰਜਰਵ ਕੀਤਾ ਜਾਵੇ, ਇਹਨੂੰ ਸੰਭਾਲਿਆ ਜਾਵੇ। ਪਰ ਉਹਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ
ਵੀ ਇਹਦੇ ਵਿੱਚ ਕੋਰਟ ਕੇਸ ਚੱਲ ਰਿਹਾ, ਐਸੀ ਅਰੋੜਾ ਜਿਹੜੇ ਮਾਣਯੋਗ ਹਾਈ ਕੋਰਟ ਦੇ ਵਕੀਲ ਹੈ, ਅਤੇ ਉਹਨਾਂ ਨੇ ਮਤਲਬ ਕਿ ਉਸ ਤੋਂ ਪਹਿਲਾਂ ਨਾ ਇਸ ਹਵੇਲੀ ਦੀ ਸੇਵਾ ਜਿਹੜੀ ਉਹ ਸ਼ੁਰੂ ਹੋ ਗਈ ਸੀ, ਸੇਵਾ ਸ਼ੁਰੂ ਹੋ ਗਈ, ਲੰਗਰ ਹਾਲ ਬਣਨਾ ਸ਼ੁਰੂ ਹੋ ਗਿਆ। ਹਾਂ, ਉਹ ਉਹਨਾਂ 'ਤੇ ਉਹ ਇਤਰਾਜ਼ ਲਾਇਆ ਇਸੇ ਅਰੋੜੇ ਨੇ ਵੀ ਇਹ ਇੱਕ ਵਿਰਾਸਤੀ ਥਾਂ ਹੈਗੀ ਹੈ, ਵੀ ਇੱਥੇ ਕੋਈ ਲੰਗਰ ਵਗੈਰਾ ਇਹਨੂੰ ਸਿਰਫ ਧਾਰਮਿਕ ਆਸਥਾ ਲਈ ਨਾ ਵਰਤਿਆ ਜਾਵੇ, ਇਹ ਮਨੁੱਖੀ ਅਧਿਕਾਰਾਂ ਦਾ ਸੁਨੇਹਾ ਦਿੰਦੀ ਹੈ। ਤਾਂ ਇਸ ਕਰਕੇ ਅਸੀਂ ਇਸ ਲੜਾਈ ਦੇ ਵਿੱਚ ਅਸੀਂ ਸ਼ਾਮਿਲ ਹੋਏ। 19 ਜੁਲਾਈ 2023 ਨੂੰ ਅਸੀਂ 2022 ਨੂੰ ਅਸੀਂ ਇਹਦੀ ਸੇਵਾ ਸੰਭਾਲੀ। ਹੌਲੀ ਹੌਲੀ ਥੋੜ੍ਹਾ ਬਹੁਤ ਅਸੀਂ ਇਹਨੂੰ ਪ੍ਰਿਜ਼ਰਵ ਕਰੀ ਗਏ। ਤਾਂ ਫਿਰ ਮਤਲਬ ਕਿ ਸਾਨੂੰ ਕਈ ਦਿੱਕਤਾਂ ਆਉਂਦੀਆਂ ਸੀ ਪੁਰਾਤਨ ਵਿਭਾਗ ਵੱਲੋਂ, ਜਿਹੜਾ ਪੰਜਾਬ ਸਰਕਾਰ ਦਾ ਡਿਪਾਰਟਮੈਂਟ ਹੈ, ਅਤੇ ਉਹ ਦਿੱਕਤਾਂ ਨੂੰ ਦੂਰ ਕਰਨ ਦੇ ਲਈ ਕੇਸ ਨੂੰ ਮਤਲਬ ਕਿ ਠੀਕ ਕਰਨਾ, ਦਰੁਸਤ ਕਰਨਾ ਬਹੁਤ ਜ਼ਰੂਰੀ ਸੀ। ਉਹਦੇ ਲਈ 3 ਧਿਰਾਂ ਇਹਦੇ ਵਿੱਚ ਐਂਟਰ ਸੀ, ਇੱਕ ਤਾਂ SGPC, ਦੂਸਰਾ ਪੰਜਾਬ ਸਰਕਾਰ ਟੂ ਇਹਦਾ ਜਿਹੜਾ ਵਿਭਾਗ ਹੈ, ਹੈਰੀਟੇਜ ਵਿਭਾਗ ਹੈ, ਅਤੇ ਤੀਸਰਾ ਧਿਰ ਜਿਹੜੀ SC ਅਰੋੜਾ। SC ਅਰੋੜੇ ਨੇ ਮਤਲਬ ਕਿ ਇਸ ਕਰਕੇ ਉਹਦੇ ਰਿੱਟ ਪਾਈ ਸੀ ਅਤੇ ਉਹਨੂੰ ਰੋਕਿਆ ਸੀ ਵੀ ਇਹਨੂੰ ਇਹਨੂੰ ਜਿਉਂ ਦਾ ਤਿਉਂ ਸੰਭਾਲਿਆ ਜਾਵੇ, ਜੋ 18ਵੀਂ ਸਦੀ ਦੇ ਵਿੱਚ ਇਹਦੀ ਦਿੱਖ ਹੈਗੀ ਸੀ। ਅਤੇ ਉਹ ਉਸ ਨੂੰ ਅਸੀਂ ਲੈ ਕੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਨੇ ਬਹੁਤ ਸਖ਼ਤ ਮਿਹਨਤ ਕੀਤੀ। ਅਸੀਂ ਪੰਜਾਬ ਸਰਕਾਰ ਨਾਲ ਸਾਡੀਆਂ ਮੀਟਿੰਗਾਂ ਹੋਈਆਂ, CM ਸਾਹਿਬ ਨਾਲ ਸਾਡੀ ਮੀਟਿੰਗ ਉਹਨਾਂ ਦੀ ਨਿੱਜੀ ਰਹਿਸ 'ਤੇ ਹੋਈ ਫਾਊਂਡੇਸ਼ਨ ਦੀ। ਅਸੀਂ ਆਪਣੇ ਤੌਰ 'ਤੇ ਕੰਮ ਕੀਤਾ, SGPC ਚਾਹੇ ਸਾਨੂੰ ਉਹਨਾਂ ਨੇ ਸੇਵਾ ਦਿੱਤੀ। SGPC ਜਿੱਥੇ ਸੇਵਾ ਦੇ ਦਿੰਦੀ ਹੈ ਕਿਸੇ ਸੰਸਥਾ ਨੂੰ, ਉਦੋਂ ਬਾਅਦ ਉਹ ਸੰਸਥਾ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਉਹ ਸੰਸਥਾ ਕਿਸ ਤਰ੍ਹਾਂ ਉੱਥੇ ਸੇਵਾ ਕਰਦੀ ਹੈਗੀ ਹੈ, ਕਿ ਕਿਸ ਤਰ੍ਹਾਂ ਉਹਨੇ ਕਰਨੀ ਹੈਗੀ ਹੈ। ਅਸੀਂ ਰਾਹ ਦਸੇਰਾ ਬਣਾਉਣ ਦੇ ਲਈ ਅਸੀਂ CM ਸਾਹਿਬ ਭਗਵੰਤ ਮਾਨ ਜੀ ਨੂੰ ਉਹਨਾਂ ਨੂੰ ਮਿਲੇ, ਉਹਨਾਂ ਨੇ ਸਾਨੂੰ ਬਹੁਤ ਪੋਜ਼ਿਟਿਵ ਰਿਸਪੋਂਸ ਦਿੱਤਾ। ਫਿਰ ਉਦੋਂ ਬਾਅਦ ਅਸੀਂ ਮਤਲਬ ਕਿ ਜਿਹੜੇ ਸੰਧਵਾ ਸਾਹਿਬ ਹੈ, ਕਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਸਰਕਾਰ, ਉਹ ਇੱਕ ਗੁਰਮੁਖ ਸੱਜਣ ਵੀ ਨੇ, ਅਤੇ ਉਹਨਾਂ ਦੀ ਡਿਊਟੀ CM ਸਾਹਿਬ ਨੇ ਲਾਈ ਵੀ ਤੁਸੀਂ ਇਹਨੂੰ ਦੇਖ ਕੇ ਜੋ ਵੀ ਕਿਤੇ ਦਿੱਕਤ ਆਉਂਦੀ ਹੈ, ਇਹ ਦਿੱਕਤਾਂ ਦੂਰ ਕਰੋ, ਇਹ ਕਾਰਜ ਆਪਾਂ ਕਰਨਾ ਹੈ ਜੀ। ਅਤੇ ਸੰਧਵਾ ਸਾਹਿਬ ਨੇ ਦਿਨ ਰਾਤ ਮਿਹਨਤ ਕਰਕੇ ਉਹਨਾਂ ਦੇ ਸਰਕਾਰੀ ਵਕੀਲ, ਇੱਕ ਵਕੀਲ ਦੀ ਡਿਊਟੀ ਲਈ ਸੁਮਨਦੀਪ ਬਾਲੀਆ, ਜਿਹੜਾ ਅਡੀਸ਼ਨਲ ਐਡਵੋਕੇਟ ਜਨਰਲ ਹੈ ਜੀ, ਅਤੇ ਉਹ ਇੱਧਰੋਂ ਸਰਕਾਰ ਵੱਲੋਂ ਦੇਖਦੇ ਰਹੇ। ਫਿਰ ਅਸੀਂ IGPC ਵੱਲੋਂ ਅਸੀਂ ਮਤਲਬ ਕਿ ਫਾਊਂਡੇਸ਼ਨ ਅਗਵਾਈ ਕਰਦੇ ਰਹੇ, ਅਤੇ ਤੀਸਰਾ ਜਿਹੜਾ SC ਅਰੋੜਾ ਹੈ ਉਹਦੇ ਨਾਲ ਵੀ ਸਾਡਾ ਰਾਬਤਾ ਰਿਹਾ। ਸਾਡਾ 3 ਧਿਰਾਂ ਨਾਲ ਬੜਾ ਨਿੱਘ ਬਣ ਗਿਆ ਅਤੇ ਪਿਆਰ ਬਣ ਗਿਆ ਸੀ। 3 ਧਿਰਾਂ ਨੂੰ ਅਸੀਂ ਇਕੱਠਾ ਕਰਕੇ ਅਤੇ ਇਸ ਨੂੰ ਅਸੀਂ ਦਰੁਸਤ ਕਰਵਾਇਆ, ਅਤੇ SC ਅਰੋੜਾ ਸਾਹਿਬ ਨੂੰ ਅਸੀਂ ਭਰੋਸਾ ਦਿੱਤਾ ਵੀ ਕੋਈ ਵੀ ਇੱਥੇ ਕਿਸੇ ਤਰ੍ਹਾਂ ਦੀ ਹੋਰ ਮਤਲਬ ਕਿ ਇਹਦੀ ਉਸਾਰੀ ਨਹੀਂ ਕੀਤੀ ਜਾਵੇਗੀ। ਜੋ ਹੈਰੀਟੇਜ ਦੇ ਨਿਯਮ ਹੋਣਗੇ ਉਹਨਾਂ ਦੇ ਮੁਤਾਬਕ ਇਹ ਸਾਰਾ ਕਾਰਜ ਹੋਏਗਾ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਵੀ ਹੈ ਵੀ ਅਸੀਂ ਅਰੋੜਾ ਸਾਹਿਬ ਨੂੰ ਅਸੀਂ ਆਪਣੀ ਟੀਮ 'ਚ ਵੀ ਸ਼ਾਮਿਲ ਕੀਤਾ ਹੈ ਵੀ ਜੋ ਵੀ ਇਹ ਤਾਂ ਆਪਾਂ ਇੱਥੇ ਕਾਰਜ ਕਰਾਂਗੇ ਉਹ ਸਾਰੇ ਦੇ ਸਾਰੇ ਅਸੀਂ ਤੁਹਾਡੀ ਮਾਣਯੋਗ ਤੁਹਾਡੀ ਅਗਵਾਹੀ ਦੇ ਵਿੱਚ ਅਸੀਂ ਤੁਹਾਡੀ ਰਾਏ ਦੇ ਨਾਲ ਇਹ ਸਾਰਾ ਆਪਾਂ ਕਾਰਜ ਕਰਾਂਗੇ ਰਲ ਮਿਲ ਕੇ। ਕੋਈ ਇੱਕ ਸਾਡਾ ਫਾਊਂਡੇਸ਼ਨ ਦਾ ਨਹੀਂ, ਪੂਰੇ ਸਿੱਖ ਜਗਤ ਦਾ ਜਾਂ ਸਾਰੇ ਲੋਕਾਂ ਦਾ, ਮਨੁੱਖੀ ਅਧਿਕਾਰਾਂ ਨੂੰ ਜਿਹੜੇ ਲੋਕ ਪਿਆਰ ਕਰਦੇ ਆ, ਇਹ ਕਾਰਜ ਉਹ ਲੋਕਾਂ ਦਾ ਹੈਗਾ ਬਿਲਕੁਲ। ਔਰ ਜਿਵੇਂ ਹਾਈ ਕੋਰਟ ਨੇ ਪਟੀਸ਼ਨ ਨੂੰ ਡਿਸਪੋਜ਼ ਆਫ ਕੀਤਾ, ਖਤਮ ਕੀਤਾ ਔਰ ਫੈਸਲਾ ਸੁਣਾਇਆ ਕਿ ਹੈ ਨਾ ਜੋ ਤੁਹਾਡੀਆਂ ਸਹਿਮਤੀਆਂ ਬਣੀਆਂ ਨੇ ਜੀ, ਹੁਣ ਇਸ ਹਵੇਲੀ ਦੀ ਰੂਪ ਰੇਖਾ ਕਿਵੇਂ ਦੀ ਹੋਊਗੀ? ਕਿਉਂਕਿ ਜਦੋਂ ਹੁਣ ਵੇਖਦੇ ਹਾਂ ਤਾਂ ਮੂਰਲਾ ਪਾਸਾ ਟੁੱਟਿਆ ਹੋਇਆ, ਬਸ ਇੱਕ ਥੋੜ੍ਹੀ ਜਿਹੀ ਇਮਾਰਤ ਹੀ ਖੜੀ ਹੋਈ ਹੈ। ਬਿਲਕੁਲ,
ਤਾਂ ਜਿਵੇਂ ਦੀ ਪੁਰਾਣੀ 18ਵੀਂ ਸਦੀ ਦੇ ਵਿੱਚ ਇਹ ਦਿੱਖ ਸੀ ਇਸ ਦੀ, ਉਸਨੂੰ ਹੀ ਬਹਾਲ ਕੀਤਾ ਜਾਊਗਾ? ਬਿਲਕੁਲ, ਇਹਦੇ ਲਈ ਇੱਕ ਐਸੀ ASI ਏਜੰਸੀ ਹੈ ਉਹ ਹਾਇਰ ਕਰ ਰਹੇ ਹਾਂ, ਆਰਕੀਓਲੋਜੀ ਡਿਪਾਰਟਮੈਂਟ, ਸਾਡੀ ਗੱਲਬਾਤ ਚੱਲ ਰਹੀ ਹੈ। ਅਰੋੜਾ ਸਾਹਿਬ ਦੀ ਇੱਕ ਸ਼ਰਤ ਇਹ ਵੀ ਸੀ, ਅਸੀਂ ਉਹਨੂੰ ਪ੍ਰਵਾਨ ਕੀਤਾ ਵੀ ਤੁਸੀਂ ਸੈਂਟਰ ਗੌਰਮੈਂਟ ਦੀ ਏਜੰਸੀ ਹੈ ਜਿਹੜੀ, ਉਹ ਇਹਤੇ ਧਿਆਨ ਹਿੱਤ ਕਰਕੇ ਤੁਸੀਂ ਕੰਮ ਆਪਾਂ ਉਹ ਤੋਂ ਕਰਵਾਈਏ, ਚਾਹੇ ਅਗਵਾਹੀ ਟੂਰਿਜ਼ਮ ਵਿਭਾਗ ਪੰਜਾਬ ਦੀ ਹੋਏ, ਅਤੇ ਉਹ ਅਸੀਂ ASI ਜਿਹੜੀ ਏਜੰਸੀ ਹੈ ਉਹਨੂੰ ਅਸੀਂ ਹਾਇਰ ਕਰ, ਉਹਨਾਂ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ। ਅਤੇ ਅਸੀਂ ਇਹਨੂੰ ਜਿਵੇਂ 18ਵੀਂ ਸਦੀ ਦੇ ਵਿੱਚ ਇਹ ਹਵੇਲੀ ਹੈ ਸੀ, ਅਸੀਂ ਇਹਨੂੰ ਬੜਾ ਬਰੀਕੀ ਦੇ ਨਾਲ, ਕਿਉਂਕਿ ਨੀਹਾਂ ਬਹੁਤ ਕੁਛ ਦੱਸ ਦਿੰਦੀਆਂ ਨੇ ਇੰਜੀਨੀਅਰਾਂ ਨੂੰ ਵੀ ਇਹ ਹੈ ਕੀ ਸੀ, ਅਤੇ ਅਸੀਂ ਉਸ ਪੁਰਾਣੇ ਮਟੀਰੀਅਲ ਨੂੰ, ਪੁਰਾਣਾ ਮਟੀਰੀਅਲ ਵਰਤ ਕੇ, ਪੁਰਾਣੀ ਇੱਟ ਵਰਤ ਕੇ, ਜਿਹੜੇ ਵੀ ਲੋਕ ਕੱਲ੍ਹ ਨੂੰ ਦਰਸ਼ਨ ਕਰਨ ਆਉਣਗੇ ਉਹ ਕਦੇ ਵੀ ਨਹੀਂ ਮਤਲਬ ਕਿ ਉਹਨਾਂ ਨੂੰ ਉਹ ਸੋਚਣਗੇ ਵੀ ਇਹ ਨਵੀਂ ਬਣੀ ਹੈਗੀ ਹੈ, ਅਤੇ ਉਹ ਬਿਲਕੁਲ ਪੁਰਾਤਨ ਦਿੱਖ ਨਾਲ ਪੁਰਾਤਨ ਉਹਨੂੰ ਬਹਾਲ ਕੀਤਾ। ਇਸ ਚੀਜ਼ ਦਾ ਧਿਆਨ ਰੱਖਿਆ ਜਾਊਗਾ, ਕਿਉਂਕਿ ਜਿਵੇਂ ਅਸੀਂ ਜਲਿਆਂਵਾਲੇ ਬਾਗ ਦੀ ਐਗਜ਼ਾਮਪਲ ਲੈ ਲਈਏ ਤਾਂ ਉਸਨੂੰ ਵੀ ਆਰਕੀਓਲੋਜੀ ਡਿਪਾਰਟਮੈਂਟ ਦੇ ਵੱਲੋਂ ਹੀ, ਹਾਲਾਂਕਿ ਉਸਨੂੰ ਨਵੀਨੀਕਰਨ ਕੀਤਾ ਗਿਆ ਔਰ ਲੋਕਾਂ ਨੇ ਇਤਰਾਜ਼ ਵੀ ਜਤਾਇਆ ਸੀ ਕਿ ਜਿਹੜੀ ਗਲੀ ਜਾਂਦੀ ਹੈ ਉਹਦੇ ਉੱਤੇ ਪੇਂਟਿੰਗਾਂ ਬਣਾ ਦਿੱਤੀਆਂ, ਉਹਦੇ ਉੱਤੇ ਕੁਛ ਸਕਲਚਰ ਲਾ ਦਿੱਤੇ, ਤਾਂ ਕੀ ਇਹ ਧਿਆਨ ਰੱਖਿਆ ਜਾਊਗਾ ਕਿ ਇਸ ਦੇ ਵਿੱਚ ਕੋਈ ਵੀ ਇਤਿਹਾਸ ਨਾਲ ਛੇੜਖਾਨੀ ਨਾ ਹੋਵੇ, ਜਿਵੇਂ ਦੀ ਉਹ ਇਮਾਰਤ ਸੀ ਉਵੇਂ ਦੀ ਬਰਕਰਾਰ ਉਵੇਂ ਦੀ ਹੀ ਰਹੇ? ਬਿਲਕੁਲ, ਅਸੀਂ ਇਹਦੀ ਪੂਰੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲੀ ਗੱਲ ਹੈ ਵੀ ਇਹ ਸਿਰਫ ਧਾਰਮਿਕ ਆਸਥਾ ਦੇ ਲਈ ਨਹੀਂ ਹੋਵੇਗੀ, ਇੱਕ ਟੂਰਿਜ਼ਮ ਦਾ ਕੰਮ ਵੀ ਕਰੇਗੀ, ਜਿੱਥੇ ਲੋਕ ਫਤਿਹਗੜ੍ਹ ਸਾਹਿਬ ਨੂੰ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਨਸਮਤਕ ਨਮਸਕਾਰ ਕਰਨ ਆਉਂਦੇ ਹੈ, ਤਾਂ ਉੱਥੇ ਇਹ ਹਵੇਲੀ ਨੂੰ ਉਹ ਸਿਰਫ ਦਰਸ਼ਨ ਕਰਨ ਜਾਇਆ ਕਰਨਗੇ, ਨਾ ਕਿ ਇੱਥੇ ਕੋਈ ਲੰਗਰ ਹਾਲ, ਕੋਈ ਗੁਰਦੁਆਰੇ ਦਾ ਕੋਈ ਧਾਰਮਿਕ ਰੂਪ ਨਹੀਂ ਇਹਨੂੰ ਦਿੱਤਾ ਜਾਏਗਾ। ਇਹ ਸਿਰਫ ਟੂਰਿਜ਼ਮ ਦਾ ਸੁਨੇਹਾ ਦੇਗੀ ਅਤੇ ਮਨੁੱਖੀ ਅਧਿਕਾਰਾਂ ਦਾ ਸੁਨੇਹਾ ਦੇਗੀ ਵੀ ਸਾਡੇ ਪੁਰਖਿਆਂ ਨੇ ਕੀ ਕੀਤਾ ਹੈਗਾ, ਇੱਕ ਮਨੁੱਖੀ ਅਧਿਕਾਰਾਂ ਲਈ ਉਹਨਾਂ ਨੇ ਕਿਸ ਤਰ੍ਹਾਂ ਲੜੀ ਆ ਜਿਹੜੀ ਧਰਮ ਤੋਂ ਉੱਪਰ ਉੱਠ ਕੇ। ਤਾਂ ਇਸ ਹਵੇਲੀ ਨੂੰ ਇਸ ਤਰੀਕੇ ਦੇ ਨਾਲ ਬਣਾ ਦਿੱਤਾ ਜਾਊਗਾ ਕਿ ਲੋਕ ਅੰਦਰ ਤੱਕ ਵੀ ਜਾ ਕੇ ਆ ਸਕਿਆ ਕਰਨਗੇ ਔਰ ਅੰਦਰ ਦੇਖ ਵੀ ਸਕਿਆ ਕਰਨਗੇ, ਭਾਵੇਂ ਉਹ ਪਹਿਲੀ ਇਮਾਰਤ ਹੋਵੇ, ਦੂਜੀ ਹੋਵੇ, ਤੀਜੀ ਮੰਜ਼ਿਲ ਹੋਵੇ। ਬਿਲਕੁਲ, ਅਸੀਂ ਜੋ ਜਿਵੇਂ ਜਿਵੇਂ ਵੀ ਹੈਗੇ ਸੀ ਉਸ ਤਰ੍ਹਾਂ ਅਸੀਂ ਇਹਨੂੰ ਬਿਲਕੁਲ ਇਹਨ ਪ੍ਰਿਜ਼ਰਵ ਕਰਨਾ, ਕਿਉਂਕਿ ਇਹ ਜਹਾਜ਼ੀ ਹਵੇਲੀ ਇਸ ਨੂੰ ਤਾਂ ਕਿਹਾ ਜਾਂਦਾ, ਜਿਹੜਾ ਦਬਨ ਟੋਡਰਮੱਲ ਜੀ ਦਾ ਕਾਰੋਬਾਰ ਸੀ ਉਹ ਸਿੱਪਾਂ ਦਾ ਕਾਰੋਬਾਰ ਸੀ, ਜਹਾਜ਼ਾਂ ਦਾ, ਅਤੇ ਇਹ ਤਾਂ ਅੱਜ ਤੁਸੀਂ ਦੇਖ ਸਕਦੇ ਹੋ ਵੀ ਅੱਜ ਚਿੰਨ੍ਹ ਉਹ ਪੁਰਾਤਨ ਚਿੰਨ੍ਹ ਵੀ ਮੌਜੂਦ ਹੈ, ਜਿਹੜੇ ਲੋਗੋ ਮਤਲਬ ਕਿ ਜਹਾਜ਼ਾਂ ਦੇ ਲੱਗੇ ਹੁੰਦੇ ਆ, ਅਤੇ ਉਹ ਚਿੰਨ੍ਹ ਅੱਜ ਤੁਸੀਂ ਦੇਖ ਸਕਦੇ ਹੋ, ਅਤੇ ਇਹਨੂੰ ਇਹਨ 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 ਬਿਨਾਂ ਬਹੁਤ ਡੰਘਾਈ ਨਾਲ ਇਹਦਾ ਕਾਰਜ ਕੀਤਾ ਜਾਊਗਾ। ਔਰ ਜਿਵੇਂ ਤੁਸੀਂ ਜ਼ਿਕਰ ਹੀ ਕੀਤਾ ਕਿ ਜਹਾਜ਼ਾਂ ਵਾਲੀ ਹਵੇਲੀ ਕਿਹਾ ਜਾਂਦਾ ਸੀ ਔਰ ਉਸ ਸਮੇਂ ਦੇ ਵਿੱਚ ਇਸ ਦੀ ਲਾਗਤ ਕਿੰਨੀ ਆਈ ਹੋਊਗੀ ਉਹਦਾ ਸ਼ਾਇਦ ਆਪਾਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ, ਪਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਉਹ ਆਪਾਂ ਪੁਰਾਣੀ ਚੀਜ਼ ਨੂੰ ਪ੍ਰਿਜ਼ਰਵ ਕਰਨਾ, ਉਸ ਚੀਜ਼ ਨੂੰ ਦਿੱਖ ਬਹਾਲ ਕਰਨੀ ਹੈ, ਅਤੇ ਹੁਣ ਵੀ ਖਰਚਾ ਬਹੁਤ ਆਊਗਾ, ਤਾਂ ਕੀ ਇਹ ਸਾਰਾ ਤੁਹਾਡੀ ਸੰਸਥਾ ਦੇ ਵੱਲੋਂ ਹੀ ਚੱਕਿਆ ਜਾਊਗਾ? ਬਿਲਕੁਲ, ਇਹ ਜਿਹੜਾ ਸਾਰਾ ਖਰਚਾ ਉਹ ਅਸੀਂ ਇੱਕ ਦਬਨ ਟੋਡਰਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ, ਇੱਕ ਆਜ਼ਾਦ ਸੰਸਥਾ ਹੈਗੀ ਹੈ, ਅਸੀਂ ਕਿਸੇ ਪਾਰਟੀ ਨਾਲ, ਕਿਸੇ ਸਾਡਾ ਪੋਲੀਟੀਕਲ ਜਾਂ ਕਿਸੇ ਧਰਮ ਨਾਲ ਸਾਡਾ ਕੋਈ ਲੈਣ ਦੇਣ ਨਹੀਂ, ਅਸੀਂ ਇੱਕ ਆਮ ਨਿਮਾਣੇ ਸਿੱਖ ਹੈਗੇ ਹਾਂ ਗੁਰੂ ਸਾਹਿਬ ਦੇ, ਅਤੇ ਅਸੀਂ ਇਹਨੂੰ ਜੋ ਵੀ ਖਰਚਾ ਹੈਗਾ, ਸਾਡੇ ਪਰਿਵਾਰ ਹੈ 30-31 ਪਰਿਵਾਰ ਹੈ। ਅੱਛਾ, ਅਤੇ ਅਸੀਂ ਉਹਨਾਂ ਪਰਿਵਾਰਾਂ ਦੇ ਵਿੱਚੋਂ ਇੱਕ ਦੋ ਪਰਿਵਾਰ ਨੇ ਵੀ ਉਹ ਇਕੱਲੇ ਹੀ ਸੇਵਾ ਕਰਨ ਨੂੰ ਉਹ ਲੋਚਦੇ ਆ ਵੀ ਸਾਨੂੰ ਇਕੱਲੇ ਨੂੰ ਦਿੱਤੀ ਜਾਵੇ, ਅਤੇ ਬੜੀਆਂ ਬਰਕਤਾਂ ਹੈਗੀਆਂ ਨੇ। ਅਸੀਂ ਸਾਨੂੰ ਜੇ ਇੱਥੇ ਪੈਸੇ ਦਬਨ ਟੋਡਰਮੱਲ ਵਾਂਗੂ ਵਿਛਾਉਣੇ ਪੈ ਗਏ, ਅਸੀਂ ਇੱਥੇ ਪੈਸੇ ਵਸਾ ਵੀ ਸਕਦੇ ਹਾਂ।
ਇਹ ਮਹਾਰਾਜ ਨੇ ਅਸੀਂ ਮਾਣ ਨਹੀਂ ਕਰਦੇ ਪਰ ਗੁਰੂ ਮਹਾਰਾਜ ਦੀ ਸਾਡੇ 'ਤੇ ਇੱਡੀ ਬਖਸ਼ਿਸ਼ ਹੈਗੀ ਹੈ। ਔਰ ਜੇਕਰ ਕੋਈ ਵਿਅਕਤੀ ਸਹਿਯੋਗ ਦੇਣਾ ਚਾਹੁੰਦਾ, ਕੋਈ ਦਾਨ ਦੇਣਾ ਚਾਹੁੰਦਾ ਤਾਂ ਲਉਂਗੇ ਤੁਸੀਂ ਦਾਨ? ਨਹੀਂ ਜੀ, ਜੇ ਕੋਈ ਵਿਅਕਤੀ ਦਾਨ ਦੇਣਾ ਚਾਹੁੰਦਾ, ਪਹਿਲਾਂ ਵੀ ਸਾਡੇ ਕੋਲ ਬਹੁਤ ਸਾਰੇ ਸੱਜਣ ਆਏ ਅਤੇ ਇੱਕ ਜੀਵਾ ਪਿੰਡ ਜਗਰਾਓਂ ਤੋਂ ਅਰਜਨ ਸਿੰਘ ਨਾਂ ਦਾ ਸੱਜਣ ਆਇਆ ਅਤੇ ਉਹਨੇ ਸਾਨੂੰ ਬੇਨਤੀ ਕੀਤੀ ਵੀ ਸਾਡੀ ਤਿਲ ਫੁੱਲ ਤੁਸੀਂ ਪ੍ਰਵਾਨ ਕਰੋ। ਪਰ ਅਸੀਂ ਨਾ ਇੱਕ ਸਾਡੀ ਫਾਊਂਡੇਸ਼ਨ ਦਾ ਸਿਧਾਂਤ ਹੈ, ਕਿਉਂ ਅਸੀਂ ਇਹ ਚੀਜ਼ ਨੂੰ ਦਾਗ ਨਹੀਂ ਲੱਗਣਾ ਚਾਹੁੰਦੇ ਵੀ ਇਹਨਾਂ ਨੇ ਕਿਸੇ ਲੋਕਾਂ ਤੋਂ ਪੈਸੇ ਮੰਗ ਕੇ ਵੀ ਇਹ ਤਾਂ ਜੀ ਅੱਧੇ ਪੈਸੇ ਰੱਖ ਗਏ ਅੱਧੇ ਲਾ ਤੇ। ਅਸੀਂ ਤਾਂ ਕਰਕੇ ਅਸੀਂ ਆਪਣੀਆਂ ਜੇਬਾਂ ਦੇ ਵਿੱਚ ਵੀ ਸਾਡੇ ਪਰਿਵਾਰ ਦਾ ਜਿਹੜਾ ਦਸਵੰਧ ਹੈ, ਦੋ ਕਰੋੜ ਚਾਰ ਕਰੋੜ ਇੱਕ ਇੱਕ ਪਰਿਵਾਰ ਉਹ ਇਹ 'ਤੇ ਖਰਚ ਕਰੇਗਾ ਅਤੇ ਅਸੀਂ ਇੱਕ ਪੈਸਾ ਨਾ ਬਾਹਰੋਂ ਅਤੇ ਨਾ ਇੰਡੀਆ ਦੇ ਵਿੱਚੋਂ ਨਹੀਂ ਲਵਾਂਗੇ। ਪਰ ਅਸੀਂ ਮਾਣ ਮੈਂ ਨਹੀਂ ਕਰਦੇ, ਜੇ ਉਹਨਾਂ ਦੀ ਕਿਸੇ ਕੋਈ ਚੀਜ਼ ਦੀ ਸ਼ਰਧਾ ਹੋਏਗੀ, ਕੋਈ ਖਾਸ ਸੱਜਣ ਆਏਗਾ ਤਾਂ ਅਸੀਂ ਉਹਨੂੰ ਪ੍ਰੋਜੈਕਟ ਦੱਸ ਸਕਦੇ ਹਾਂ ਵੀ ਤੁਸੀਂ ਆਹ ਚੀਜ਼ ਦੀ ਸੇਵਾ ਆਪਣੇ ਹੱਥੀਂ ਆਪ ਕਰਵਾ ਦਿਓ, ਅਸੀਂ ਉਹਦਾ ਕੋਈ ਪੈਸਾ ਨਹੀਂ ਲਵਾਂਗੇ, ਅਸੀਂ ਪੈਸਾ ਨਹੀਂ ਉਹਦਾ ਹੱਥ 'ਚ ਲਵਾਂਗੇ। ਐਸਟੀਮੇਟਿਡ ਕੋਸਟ ਕੁਛ ਹੁਣ ਤੱਕ ਅੰਦਾਜ਼ਾ ਲੱਗ ਪਾਇਆ ਕਿੰਨੀ ਲੱਗ ਜੂਗੀ? 10 ਕਰੋੜ ਦਾ ਹੈਗਾ ਟੀਚਾ, ਮਤਲਬ ਕਿ ਇਹਦਾ ਜੇ ਬਾਕੀ ਸਮੇਂ ਨਾਲ ਜਿਸ ਤਰ੍ਹਾਂ ਅਗਲਾ ਸਾਰਾ ਏਜੰਸੀਆਂ ਦੱਸਣਗੀਆਂ ਸਾਨੂੰ, ਜਿਹੜੀ ਟੂਰਿਜ਼ਮ ਏਜੰਸੀ ਹੈ, ਅਤੇ ਪੈਸੇ ਦੀ ਕੋਈ ਦਿੱਕਤ ਨਹੀਂ, ਪੈਸਾ ਜੋ ਵੀ ਜਿੰਨਾ ਵੀ ਪੈਸਾ ਲੱਗਣਾ ਸੀ ਉਨਾ ਪੈਸਾ ਲਾ ਦਾਂਗੇ। ਤਾਂ ਗਿਆਨੀ ਜਸਵਿੰਦਰ ਸਿੰਘ ਹੋਣੀ ਵੀ ਸਾਡੇ ਨਾਲ ਮੌਜੂਦ ਨੇ, ਤਾਂ ਜਦੋਂ ਯਾਦ ਹੀ ਕਰਦੇ ਹਾਂ ਆਪਾਂ ਉਸ ਪਲ ਨੂੰ, ਉਹਨਾਂ ਪਲਾਂ ਨੂੰ, ਤਾਂ ਲੋਕ ਕੰਡੇ ਖੜੇ ਹੋ ਜਾਂਦੇ ਨੇ ਜੀ। ਉਦੋਂ ਕੀ ਵਰਤਾਰਾ ਵਾਪਰਿਆ ਹੋਊਗਾ, ਤਾਂ ਉਹ ਤਾਂ ਸ਼ਾਇਦ ਦੀਵਾਨ ਟੋਡਰਮੱਲ ਉਹਨਾਂ ਦੇ ਉੱਤੇ ਜੋ ਉਹ ਸੱਟ ਪਈ ਹੋਣੀ ਹੈ, ਜੋ ਉਹਨਾਂ ਦੇ ਦਿਲ ਦੇ ਉੱਤੇ ਬੀਤੀ ਹੋਣੀ ਹੈ, ਉਹਨਾਂ ਨੇ ਇਹ ਕਦਮ ਚੁੱਕਿਆ ਜੀ। ਕਿਵੇਂ ਵੇਖਦੇ ਹੋ ਜਦੋਂ ਅੱਜ ਇਮਾਰਤ ਹੁਣ ਦੁਬਾਰਾ ਇਸਨੂੰ ਪ੍ਰੀਜ਼ਰਵ ਕੀਤਾ ਜਾ ਰਿਹਾ ਔਰ ਦੁਬਾਰਾ ਲੋਕ ਜਾ ਕੇ ਇਸਨੂੰ ਵੇਖਿਆ ਕਰਨਗੇ? ਦਰਅਸਲ ਭਾਅ ਜੀ ਨੇ ਪਹਿਲਾਂ ਸਾਰੀ ਗੱਲ ਕਲੀਅਰ ਕਰ ਦਿੱਤੀ ਆ, ਥੋੜ੍ਹੀ ਜਿਹੀ ਗੱਲ ਮੈਂ ਪਿੱਛੋਂ ਚੱਕਣੀ ਚਾਹਵਾਂਗਾ। ਜਦੋਂ ਵੀ ਸ਼ਹੀਦੀ ਜੋੜ ਮੇਲੇ ਦੇ ਦਿਨ ਆਉਂਦੇ ਆ, ਸੰਗਤ ਫਤਿਹਗੜ੍ਹ ਸਾਹਿਬ ਜਾਂਦੀ ਅਤੇ ਨਾਲ ਹਵੇਲੀ ਦਾ ਦਰਸ਼ਨ ਕਰਦੀ, ਤੁਸੀਂ ਵੀ ਜਾਂਦੇ, ਰਿਪੋਰਟਰ ਵੀ ਜਾਂਦੇ ਨੇ, ਪਿਛਲੇ ਕਈ ਸਾਲਾਂ ਤੋਂ ਇਹ ਸਵਾਲ ਖੜ੍ਹਾ ਹੁੰਦਾ ਸੀ ਇਹਦੀ ਉਸਾਰੀ, ਇਹਦੀ ਸਾਂਭ ਸੰਭਾਲ ਕਿਉਂ ਨਹੀਂ ਹੋ ਰਹੀ? ਪਰ ਜੋ ਵਿਚਲੀ ਘੁੰਡੀ ਸੀ ਉਹ ਸਾਹਮਣੇ ਨਹੀਂ ਸੀ ਕਿਸੇ ਦੀ ਵੀ ਆ ਰਹੀ, ਇੱਕ ਦੂਜੇ ਦੇ ਉੱਪਰ ਦੂਸ਼ਣਬਾਜ਼ੀ ਦੇ ਦੋਸ਼ ਚੱਲ ਰਹੇ ਸੀ। ਅਤੇ ਸਾਡਾ ਇੱਕ ਮੇਰਾ ਮਿੱਤਰ ਅੱਜ ਕੱਲ੍ਹ ਉਹ ਕੈਨੇਡਾ ਆ, ਰਣਧੀਰ ਸਿੰਘ ਉਹਦਾ ਨਾਮ ਆ, ਨੌਜਵਾਨ ਸਿੰਘ ਆ, ਅਤੇ ਉਹ ਸਾਡੀ ਗੱਲਬਾਤ ਹੋਈ ਆਪਸ ਦੇ ਵਿੱਚ ਬਈ ਜੇ ਕੋਈ ਹੋਰ ਇਹ ਕੰਮ ਨਹੀਂ ਕਰ ਰਿਹਾ ਸੇਵਾ ਦਾ, ਸਾਡੀ ਦੋਵਾਂ ਦੀ ਗੱਲਬਾਤ ਹੋਈ ਬਈ ਕਿਉਂ ਨਾ ਆਪਾਂ ਨੌਜਵਾਨ ਸਿੰਘ ਰਲ ਮਿਲ ਕੇ ਕੰਮ ਕਰੀਏ। ਤਾਂ ਉਸ ਤੋਂ ਬਾਅਦ 'ਚ ਮੈਂ ਭਾਈ ਲਖਵਿੰਦਰ ਸਿੰਘ ਜੀ ਹੁਣਾਂ ਨਾਲ ਗੱਲਬਾਤ ਕੀਤੀ ਵੀ ਭਾਅ ਜੀ ਕਿਉਂ ਨਾ ਆਪਾਂ ਇਹ ਸੇਵਾ, ਮਹਾਰਾਜ ਕਿਰਪਾ ਕਰਨ ਖੌਰੇ ਆਪਣੀ ਝੋਲੀਏ ਪੈਣੀ ਹੋਵੇ, ਆਪਾਂ ਇਸ ਪਾਸੇ ਨੂੰ ਤੁਰ ਪਈਏ। ਸੋ ਭਾਅ ਜੀ ਹੋਰਾਂ ਨੇ ਉਸੇ ਵੇਲੇ ਤਤਪਰਤਾ ਦਿਖਾਈ, ਅਸੀਂ ਸਾਰੇ ਪਾਸੇ ਫਿਰ ਤੁਰ ਕੇ, ਜਦੋਂ ਅਸੀਂ ਇਸ ਕਾਰਜ ਵੱਲ ਤੁਰੇ ਉਸ ਵੇਲੇ ਚੰਨੀ ਸਾਹਿਬ ਦੀ ਸਰਕਾਰ ਸੀ, ਅਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਆਪਣੇ ਵੱਲੋਂ। ਅਸੀਂ ਜਦੋਂ ਵੀ ਉਹਨਾਂ ਤੋਂ ਸਮਾਂ ਮੰਗਿਆ, ਉਹਨਾਂ ਨੇ ਆਪਣੇ ਰੁਝੇਵਿਆਂ ਭਰੇ ਸਮੇਂ 'ਚੋਂ ਸਾਨੂੰ ਸਮਾਂ ਦਿੱਤਾ ਇਸ ਧਾਰਮਿਕ ਕਾਰਜ ਦੇ ਲਈ। ਉਹਨਾਂ ਦੇ ਨਾਲ ਹੁਸਨ ਲਾਲ ਜੀ ਸਨ, ਪ੍ਰਿੰਸੀਪਲ ਸਕੱਤਰ ਸਨ, ਉਹਨਾਂ ਤੋਂ ਅਸੀਂ ਜਦੋਂ ਵੀ ਸਮਾਂ ਮੰਗਿਆ ਸਾਨੂੰ ਇਸ ਕਾਰਜ ਲਈ ਉਹਨਾਂ ਨੇ ਸਮਾਂ ਦਿੱਤਾ। ਅਤੇ ਹੁਣ ਜਿਹੜੀ ਸਾਡੀ ਇੱਛਾ ਹੈਗੀ ਆ, ਸਾਡੇ ਦਿਲ ਦੀ ਭਾਵਨਾ ਹੈਗੀ ਆ, ਅਸੀਂ ਸਮੂਹ ਸਿੱਖ ਸੰਗਤਾਂ ਦੀ ਭਾਵਨਾ ਦੀ ਕਦਰ ਕਰਦੇ ਹਾਂ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਕੋਈ ਵੀ ਗੁਰੂ ਪਿਆਰਾ ਉੱਥੇ ਜਾਵੇ ਤਾਂ ਉਹਦੇ ਮਨ ਅੰਦਰ ਇਹ ਅਹਿਸਾਸ ਪੈਦਾ ਹੋਵੇ। ਦੀਵਾਨ ਟੋਡਰਮੱਲ ਜੀ ਜਿਹੜੇ ਇੱਕ ਐਸੇ ਗੁਰਸਿੱਖ ਸਨ ਜਿਹੜੇ ਅੰਮ੍ਰਿਤਧਾਰੀ ਵੀ ਨਹੀਂ ਸੀ, ਉਹਨਾਂ ਨੇ ਜਿੱਦਾਂ ਭਾਅ ਜੀ ਨੇ ਕਿਹਾ ਧਰਮ ਤੋਂ ਉੱਪਰ ਉੱਠ ਕੇ ਮਨੁੱਖੀ ਕਦਰਾਂ ਕੀਮਤਾਂ ਦੇ ਲਈ, ਸਾਹਿਬਜ਼ਾਦਿਆਂ ਦੇ ਸਰੀਰ ਅਤੇ ਮਾਤਾ ਜੀ ਦਾ ਸਰੀਰ ਸ਼ਹਾਦਤ ਤੋਂ ਬਾਅਦ ਜਦੋਂ ਉਹਨਾਂ ਦੇਖੇ, ਕਿਉਂਕਿ ਇਤਿਹਾਸ ਸਾਡਾ ਇਹ ਵੀ ਕਹਿੰਦਾ ਕਿ ਉਹਨਾਂ ਨੇ ਕੇਵਲ ਸ਼ਹਾਦਤ ਤੋਂ ਬਾਅਦ ਹੀ ਮੋਹਰਾਂ ਨਹੀਂ ਸੀ ਵਿਛਾਈਆਂ,
ਸ਼ਹਾਦਤ ਤੋਂ ਪਹਿਲਾਂ ਵੀ ਉਹ ਵਜ਼ੀਰ ਖਾਨ ਦੀ ਕਚਹਿਰੀ 'ਚ ਪੇਸ਼ ਹੋਏ ਸੀ। ਉਹਨਾਂ ਨੇ ਇੱਥੋਂ ਤੱਕ ਵਜ਼ੀਰ ਖਾਨ ਨੂੰ ਆਖਿਆ ਸੀ ਕਿ ਬਲੱਡ ਮਨੀ ਦਾ ਅੱਜ ਦੇ ਸਮੇਂ ਵੀ ਚੱਲਦਾ ਨਾ, ਕਿ ਜੇਕਰ ਤੁਸੀਂ ਜਿੰਨੀ ਅਮਾਊਂਟ ਚਾਹੋ ਮੇਰੇ ਤੋਂ ਲੈ ਲਓ, ਮੈਂ ਦੇਣ ਨੂੰ ਤਿਆਰ ਹਾਂ। ਗੁਰੂ ਸਾਹਿਬ ਦੇ ਸਾਹਿਬਜ਼ਾਦੇ ਅਤੇ ਮਾਤਾ ਜੀ ਉਹਨਾਂ ਨੂੰ ਛੱਡ ਦਿਓ, ਪਰ ਵਜ਼ੀਰ ਖਾਨ ਇਸ ਗੱਲ 'ਤੇ ਨਹੀਂ ਸੀ ਮੰਨਿਆ। ਫਿਰ ਜਾਂਦੀ ਬਾਂਹ ਨੂੰ ਜਦੋਂ ਉਹ ਕਿਸੇ ਦਾ ਜ਼ੋਰ ਨਹੀਂ ਪੁੱਗਿਆ, ਉਹਦੀ ਹਿੰਡ ਅੱਗੇ ਉਹਨੇ ਝੁਕਿਆ ਨਹੀਂ, ਸਿਰ ਨਹੀਂ ਝੁਕਿਆ ਵਜ਼ੀਰ ਖਾਨ ਦਾ, ਸਾਹਿਬਜ਼ਾਦਿਆਂ ਨੂੰ ਬੇਦਰਦੀ ਨਾਲ ਜਦੋਂ ਸ਼ਹੀਦ ਕੀਤਾ ਗਿਆ, ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ, ਫਿਰ ਉਸ ਵੇਲੇ ਦੀਵਾਨ ਜੀ ਨੇ ਜੋ ਮੋਹਰਾਂ ਵਿਛਾਈਆਂ, ਉਹ ਚੀਜ਼ ਸਾਨੂੰ ਅੱਜ ਵੀ ਇਹ ਅਹਿਸਾਸ ਦਵਾਉਂਦੀ ਆ ਕਿ ਅਸੀਂ ਜੋ ਆਪਣੀ ਸੌੜੀ ਸੋਚ, ਤੰਗ ਸੋਚ ਕਰਕੇ ਸਾਡੇ ਸਮਾਜ ਨੂੰ ਇੱਕ ਗੰਧਲਾ ਬਣਾ ਰੱਖਿਆ, ਇਹਨਾਂ ਧਰਮ ਦੀਆਂ ਨਫ਼ਰਤਾਂ ਤੋਂ ਉੱਪਰ ਉੱਠ ਕੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਦੇ ਲਈ ਅਸੀਂ ਸਿਰ ਜੋੜ ਕੇ ਸਾਰੇ ਅੱਗੇ ਆਈਏ। ਉਸ ਇਮਾਰਤ ਨੂੰ ਜਿਹੜੀ ਦੀਵਾਨ ਟੋਡਰਮੱਲ ਜੀ ਦੀ ਹਵੇਲੀ ਆ, ਉਹਨੂੰ ਇੱਕ ਐਸੇ ਰੂਪ ਦੇ ਵਿੱਚ ਅਸੀਂ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹਾਂ, ਪੁਰਾਤਨ ਦਿੱਖ ਬਰਕਰਾਰ ਰੱਖ ਕੇ ਇੱਕ ਮਨੁੱਖੀ ਭਾਈਚਾਰੇ ਦਾ, ਮਨੁੱਖੀ ਅਧਿਕਾਰਾਂ ਦਾ, ਮਨੁੱਖੀ ਕਦਰਾਂ ਕੀਮਤਾਂ ਦਾ ਚਿੰਨ੍ਹ ਬਣਾ ਕੇ ਦੁਨੀਆ ਉੱਥੇ ਜਾਵੇ, ਉੱਥੋਂ ਇਹ ਸੁਨੇਹਾ ਲੈ ਕੇ ਆਵੇ ਕਿ ਅਸੀਂ ਨਫ਼ਰਤਾਂ ਵੰਡੀਆਂ ਵੱਖਰੀਆਂ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਮਾਜ ਨੂੰ ਸੋਹਣਾ ਬਣਾਉਣ ਲਈ, ਆਪਣੀ ਦੁਨੀਆ ਨੂੰ ਸੋਹਣਾ ਬਣਾਉਣ ਲਈ, ਜ਼ਬਰ ਅਤੇ ਜ਼ੁਲਮ ਦੇ ਵਿਰੋਧ ਵਿੱਚ ਖੜਨ ਲਈ, ਆਪਣੇ ਮਨੁੱਖੀ ਅਧਿਕਾਰਾਂ ਅਤੇ ਹੱਕਾਂ ਲਈ ਜੂਝਣ ਲਈ ਅਸੀਂ ਤਿਆਰ ਬਰ ਤਿਆਰ ਹੋਈਏ। ਸੋ ਇਸ ਰੂਪ ਦੇ ਵਿੱਚ ਅਸੀਂ ਲੱਗੇ ਹੋਏ। ਵੈਸੇ ਤਾਂ ਗੁਰੂ ਦੀ ਕਿਰਪਾ ਹੀ ਹੁੰਦੀ ਹੈ ਕਿ ਜਦੋਂ ਗੁਰੂ ਇਹੋ ਜਿਹਾ ਕੰਮ ਕਰਵਾਉਂਦਾ ਹੈ। ਜੀ 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 ਜੀ। ਤਾਂ ਜਦੋਂ ਇਹ ਚੀਜ਼ਾਂ ਤੁਹਾਡੇ ਜ਼ਿਹਨ 'ਚ ਚੱਲ ਰਹੀਆਂ ਸੀ ਤਾਂ ਉਦੋਂ ਕੀ ਕੁਛ ਤੁਹਾਡਾ ਸੋਚਣਾ ਸੀ ਇਸ ਨੂੰ ਲੈ ਕੇ, ਔਰ ਕਿਵੇਂ ਮਤਲਬ ਪਹਿਲ ਕਿਵੇਂ ਹੁੰਦੀ ਹੈ, ਮਤਲਬ ਕਿਵੇਂ ਦਿਮਾਗ 'ਚ ਕਿਵੇਂ ਆਉਂਦਾ ਕਿ ਇਹ ਕੰਮ ਸਾਨੂੰ ਕਰਨਾ ਚਾਹੀਦਾ? ਦਿਮਾਗ 'ਚ ਮੈਂ ਤੁਹਾਨੂੰ ਦੱਸਿਆ ਜੀ, ਜਿੱਦਾਂ ਉੱਥੇ ਜਾਂਦੇ ਆ ਸਾਰੇ, ਕੋਈ ਵੀ ਕਾਰਜ ਹੁੰਦਾ ਨਾ ਕਿਸੇ ਥਾਂ 'ਤੇ, ਅਤੇ ਉਹਦੇ ਵਿੱਚ ਪਲੱਸ ਮਾਈਨਸ ਪੋਜ਼ੀਟਿਵ ਨੈਗੇਟਿਵ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਤਾਂ ਅਸੀਂ ਜਦੋਂ ਸਿੰਘਾਂ ਨੇ ਗੱਲਬਾਤ ਕੀਤੀ ਅਤੇ ਭਾਅ ਜੀ ਹੋਰਾਂ ਨਾਲ ਗੱਲਬਾਤ ਕੀਤੀ ਅਤੇ ਭਾਅ ਜੀ ਹੋਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕੀਤੀ, ਸਾਨੂੰ ਪਹਿਲਾਂ ਇੱਦਾਂ ਸੀ ਵੀ ਸ਼ਾਇਦ ਇੱਥੇ ਵਿਰਾਨ ਪਈ ਆ, ਜਿਵੇਂ ਆਮ ਲੋਕਾਂ ਨੂੰ ਆ, ਬਹੁਤ ਵੱਡੀ ਡਾਊਟ ਹੈ ਇੱਕ ਆਮ ਲੋਕਾਂ ਦੇ ਵਿੱਚ। ਮੈਨੂੰ ਲੱਗਦਾ ਬਈ ਜੇ ਮੈਂ ਗਲਤ ਨਾ ਹੋਵਾਂ ਤਾਂ 90-95% ਲੋਕਾਂ ਨੂੰ ਇਹ ਪਤਾ ਨਹੀਂ ਹੋਣਾ ਕਿ ਇਹਦੇ ਉੱਪਰ ਕੋਈ ਕੇਸ ਵੀ ਹੈਗਾ। ਹੁਣ ਵੇਖੋ, ਲੀਗਲੀ ਉਹ ਜਿਹੜੀ ਜਾਇਦਾਦ ਆ, ਉਹ ਅੱਜ ਸਾਡੇ ਕੋਲ ਰਜਿਸਟਰੀ ਦੀ ਕਾਪੀ ਵੀ ਪਈ ਆ, ਉਹ ਆਪਣਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਨਾਂ ਆ, ਪਰ 2009 ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਐਕਟ ਪਾਸ ਕਰ ਦਿੱਤਾ ਸੀ ਜਿਹਦੇ ਵਿੱਚ ਉਸ ਹਵੇਲੀ ਨੂੰ ਪੁਰਾਤਨ ਇਮਾਰਤਾਂ 'ਚ ਸ਼ਾਮਿਲ ਕਰ ਦਿੱਤਾ ਸੀ। ਜੀ, ਇੱਥੇ ਦੋ ਧਿਰਾਂ ਖੜੀਆਂ ਹੋ ਗਈਆਂ, ਇੱਕ ਸਰਕਾਰ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਉਹ ਦੋਵੇਂ ਧਿਰਾਂ ਦੇ ਖੜ੍ਹੇ ਹੋਣ ਕਰਕੇ ਇਹ ਮਸਲਾ ਇੱਕ ਮਤਲਬ ਬੜਾ ਗੁੰਝਲਦਾਰ ਵਿਸ਼ਾ ਬਣ ਗਿਆ। ਅਤੇ ਉੱਪਰੋਂ ਜਦੋਂ ਸੇਵਾ ਸ਼ੁਰੂ ਹੋਈ, ਉੱਥੇ ਦੋ ਕਮਰੇ, ਚਲੋ ਜਿਨ੍ਹਾਂ ਨੇ ਵੀ ਬਣਾਏ, ਜਿਸ ਵੀ ਭਾਵਨਾ ਨਾਲ ਬਣਾਏ, ਅਸੀਂ ਨਹੀਂ ਜਾਣਦੇ ਉਹ ਕੌਣ ਸੀ, ਕਿਸ ਭਾਵਨਾ ਨਾਲ ਉਹਨਾਂ ਨੇ ਬਣਾਏ, ਅਤੇ ਅਰੋੜਾ ਸਾਹਿਬ ਦੇ ਧਿਆਨ 'ਚ ਉਹ ਚੀਜ਼ ਆਈ, ਤਾਂ ਅਰੋੜਾ ਸਾਹਿਬ, ਕਿਉਂਕਿ ਸਰਹੰਦ ਨਾ ਹੁਣ ਜੇ ਅਸੀਂ ਦੇਖੀਏ ਤਾਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਜੇ ਅੱਜ ਦੇ ਸਮੇਂ ਕੋਈ ਪੁਰਾਤਨ ਚੀਜ਼ ਵੇਖਣੀ ਹੋਵੇ ਜਿਹੜੀ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ, ਮੇਰਾ ਖਿਆਲ ਹੈ ਇੱਕੋ ਇੱਕ ਇਮਾਰਤ ਰਹਿੰਦੀ ਹੈ। ਬਿਲਕੁਲ, ਠੰਡਾ ਬੁਰਜ, ਠੰਡਾ ਬੁਰਜ ਵੀ ਬਿਲਕੁਲ ਚੇਂਜ ਹੀ ਕਰਤਾ ਸਾਡੇ ਕੋਲ। ਹਾਂ, ਉਹਦੀ ਪੁਰਾਤਨ ਦਿੱਖ ਨਹੀਂ ਰਹੀ, ਅਤੇ ਜਿਹੜੀਆਂ ਨੀਹਾਂ ਸਨ ਉਹਨਾਂ ਦੀ ਪੁਰਾਤਨ ਦਿੱਖ ਸਾਡੇ ਕੋਲ ਨਹੀਂ ਰਹੀ। ਤਾਂ ਇੱਕੋ ਇੱਕ ਸਾਡੇ ਕੋਲ ਸਿੱਖ ਧਰਮ ਨਾਲ, ਸਿੱਖ ਇਤਿਹਾਸ ਨਾਲ ਵੱਜਦੀ ਹੋਈ ਵਿਰਾਸਤ ਇਹ ਸੀਗੀ। ਤਾਂ ਜੇ ਇਹਨੂੰ ਇਸੇ ਮੂਲ ਰੂਪ 'ਚ ਸੰਭਾਲ ਲਿਆ ਜਾਵੇ ਤਾਂ ਇਹ ਸਾਡੀ ਕੋਸ਼ਿਸ਼ ਇਹੀ ਸੀ, ਸਾਡੀ ਇੱਛਾ ਇਹੀ ਸੀ। ਜ਼ਿੰਮੇਵਾਰੀ ਹਾਲਾਂਕਿ ਬਹੁਤ ਵੱਡੀ ਮਿਲੀ ਹੈ, ਪਰਮਾਤਮਾ ਨੇ ਤੁਹਾਨੂੰ ਇਹ ਕਿਰਪਾ ਬਹੁਤ ਵੱਡੀ ਬਖਸ਼ੀ ਹੈ, ਤਾਂ ਕਿ ਇਸ ਚੀਜ਼ ਨੂੰ ਤੁਸੀਂ ਵੀ ਬਰਕਰਾਰ ਰੱਖੋਗੇ, ਭਰੋਸਾ ਲੋਕਾਂ ਤੋਂ ਆਉਂਦੇ ਹੋ ਕਿ ਕੋਈ ਵੀ ਤਰੀਕੇ ਦਾ ਨਵੀਨੀਕਰਨ ਨਹੀਂ ਹੋਣ ਦਿਓਗੇ? ਨਹੀਂ ਜੀ, ਜੋ ਦਿੱਖ ਸੀ 18ਵੀਂ ਸਦੀ 'ਚ ਉਸੇ ਤਰੀਕੇ ਨਾਲ। ਜੀ 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 ਜੀ, ਸਾਡੀ ਕੋਸ਼ਿਸ਼ ਇਹੀ, ਸੇਵਾ ਦੇਣ ਵਾਲੇ ਗੁਰੂ ਮਹਾਰਾਜ ਨੇ, ਸਤਿਗੁਰੂ ਨੇ, ਪਰਮੇਸ਼ਰ ਨੇ,
ਅਤੇ ਸਾਡਾ ਤਾਂ ਸਿਰ ਵਾਰ ਵਾਰ ਸਾਹਿਬਜ਼ਾਦਿਆਂ ਨੂੰ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ, ਉਹਨਾਂ ਦੀ ਸ਼ਹਾਦਤ ਨੂੰ ਝੁਕਦਾ। ਉਹਨਾਂ ਨੇ ਕਿੱਡੇ ਵੱਡੇ ਪੂਰਨੇ ਪਾਏ। ਫਿਰ ਬਾਬਾ ਮੋਤੀ ਰਾਮ ਜੀ, ਉਹਨਾਂ ਨੂੰ ਭੁੱਲਿਆ ਜਾ ਸਕਦਾ, ਅਤੇ ਦਵਾਨ ਟੋਡਰਮੱਲ ਜੀ, ਉਹਨਾਂ ਨੂੰ ਵੀ ਨਹੀਂ ਅਸੀਂ ਭੁੱਲ ਸਕਦੇ, ਉਹਨਾਂ ਦੀ ਕੁਰਬਾਨੀ ਨੂੰ। ਤਾਂ ਕੋਈ ਆਪਣੇ ਚੰਗੇ ਭਾਅ ਕੇ ਸਮਝਦੇ ਹਾਂ ਅਸੀਂ ਕਿ ਸਤਿਗੁਰ ਨੇ ਸੇਵਾ ਸਾਡੀ ਝੋਲੀ ਪਾਈ ਆ, ਅਤੇ ਅਸੀਂ ਆਪਣੇ ਵੱਲੋਂ, ਆਪਣੀ ਫਾਊਂਡੇਸ਼ਨ ਵੱਲੋਂ, ਆਪਣੀ ਸੰਸਥਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ 'ਤੇ ਭਰੋਸਾ ਕਰਕੇ ਇਹ ਸੇਵਾ ਸਾਨੂੰ ਸੌਂਪੀ ਹੈ, ਅਤੇ ਅਸੀਂ ਤੁਹਾਡੇ ਮਾਧਿਅਮ ਦੇ ਜ਼ਰੀਏ ਸਾਰੀ ਸੰਗਤ ਨੂੰ ਵੀ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਸੰਗਤ ਦੀਆਂ ਭਾਵਨਾਵਾਂ ਦੇ ਉੱਪਰ ਖਰੇ ਉਤਰਨ ਦੀ ਆਪਣੇ ਵੱਲੋਂ 100% ਕੋਸ਼ਿਸ਼ ਕਰਾਂਗੇ। ਹਾਂ, ਕਿਸੇ ਦੇ ਮਨ 'ਚ ਕੋਈ ਰਾਏ ਹੁੰਦੀ, ਕੋਈ ਸਲਾਹ ਹੁੰਦੀ, ਤਾਂ ਉਹਦੇ ਲਈ ਸਨਿਮਰ ਬੇਨਤੀ ਅਸੀਂ ਕਰਦੇ ਹਾਂ ਕਿ ਗੁਰਮਤਿ ਦਾ ਇੱਕ ਸਿਧਾਂਤ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲੈ ਬੁਲਾਏ, ਹਰ ਨਾਮ ਹੈ ਕਿ ਹੋਵੋ ਜੋੜੀ, ਗੁਰਮੁਖ ਵੈਸੋ ਸਫਾ ਵਿਛਾਏ। ਤਾਂ ਉਹਦੇ ਲਈ ਅਸੀਂ ਸਨਿਮਰ ਬੇਨਤੀ ਕਰਦੇ ਹਾਂ ਕਿ ਭਰਾਵਾਂ ਵਾਂਗ ਅਸੀਂ ਤੁਹਾਡੇ ਹੀ ਬੱਚੇ ਹਾਂ, ਤੁਹਾਡੇ ਹੀ ਭਰਾ ਹਾਂ। ਜੇ ਤੁਹਾਨੂੰ ਕੋਈ ਲੱਗਦਾ, ਕੋਈ ਸੁਝਾਅ ਹੈਗਾ, ਤਾਂ ਉਹ ਪਰਸਨਲੀ ਮਿਲ ਕੇ ਭਰਾਵਾਂ ਵਾਂਗ ਬੈਠ ਕੇ ਸਾਂਝਾ ਕੀਤਾ ਜਾਵੇ, ਤਾਂ ਜੋ ਆਪਾਂ ਆਪਣੀਆਂ ਕੌਮ ਦੀਆਂ ਜਿਹੜੀਆਂ ਬਚੀਆਂ ਹੋਈਆਂ ਵਿਰਾਸਤਾਂ ਨੇ ਉਹਨਾਂ ਨੂੰ ਬਚਾ ਲਈਏ। ਇਸ ਵਿਰਾਸਤ ਤੋਂ ਬਾਅਦ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਇਸ ਖੇਤਰ ਦੇ ਵਿੱਚ ਹੋਰ ਅੱਗੇ ਵਧੀਏ, ਜੇ ਗੁਰੂ ਮਹਾਰਾਜ ਨੇ ਚਾਹਿਆ, ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਸੇਵਾ ਸਾਡੀ ਝੋਲੀ ਪਾਈ। ਜਿਵੇਂ ਗਿਆਨੀ ਜਸਵਿੰਦਰ ਸਿੰਘ ਹੁਣੀ ਜ਼ਿਕਰ ਕਰ ਰਹੇ ਸੀ ਕਿ ਇਸ ਤੋਂ ਬਾਅਦ ਹੋਰ ਵੀ ਪ੍ਰੋਜੈਕਟਸ ਦੇ ਉੱਤੇ ਕੋਸ਼ਿਸ਼ ਰਹੂਗੀ ਕਿ ਅਸੀਂ ਉਹ ਇਮਾਰਤਾਂ ਨੂੰ, ਵਿਰਾਸਤ ਨੂੰ ਬਚਾ ਸਕੀਏ, ਤਾਂ ਕੁਛ ਚੀਜ਼ਾਂ ਤੁਸੀਂ ਸੋਚੀਆਂ ਨੇ, ਕੁਛ ਆਈਡੈਂਟੀਫਾਈ ਕੀਤੀਆਂ ਨੇ ਕਿ ਕਿਹੜੀ ਕਿਹੜੀਆਂ ਚੀਜ਼ਾਂ ਨੂੰ ਅਸੀਂ ਪ੍ਰਿਜ਼ਰਵ ਕਰ ਸਕਦੇ ਹਾਂ? ਬਿਲਕੁਲ, ਸਾਡੇ ਦਵਾਨ ਟੋਡਰਮੱਲ ਵਿਰਾਸਤੀ ਫਾਊਂਡੇਸ਼ਨ ਜਿਹੜੀ ਹੈਗੀ ਆ, ਮੈਂ ਤੁਹਾਨੂੰ ਦੱਸ ਦੇਵਾਂ, ਇਹਦੀ ਜਿਹੜੀ ਅਗਵਾਹੀ ਆ ਉਹ ਬਹੁਤ ਨਾਮੀ ਸਿੱਖ ਹੈਗੇ ਆ, ਬਜ਼ੁਰਗ ਲੇਖਕ ਵੀ ਨੇ, ਪੰਥ ਚਿੰਤਕ ਗਿਆਨ ਸਿੰਘ ਸੰਧੂ ਕਨੇਡਾ ਨੂੰ ਬਲੋਂਗ ਕਰਦੇ ਆ, ਅਤੇ ਉਹਨਾਂ ਦੀ ਬੇਟੀ ਉੱਥੇ ਸੁਪਰੀਮ ਕੋਰਟ ਦੀ ਜੱਜ ਹੈਗੀ ਆ ਕਨੇਡਾ ਦੀ ਧਰਤੀ 'ਤੇ, ਅਤੇ ਕਾਰੋਬਾਰੀ ਵੀ ਨੇ, ਚੜ੍ਹਦੀ ਕਲਾ ਵਾਲੇ ਨੇ, ਅਤੇ ਉਹਨਾਂ ਦੀ ਬਦੌਲਤ ਸਾਰੀ ਜਿਹੜੀ ਫਾਊਂਡੇਸ਼ਨ ਦੀ ਸਰਪ੍ਰਸਤੀ ਉਹ ਕਰ ਰਹੇ ਹੈ, ਸਾਰੀ ਕਹਾਣੀ ਉਹਨਾਂ ਦੀ ਹੈ। ਸਾਨੂੰ ਤਾਂ ਸਿਰਫ ਇਸ ਖਿੱਤੇ ਦੇ ਵਿੱਚ, ਮੇਰੇ ਨਾਲ ਉਹਨਾਂ ਦਾ ਬੜਾ ਨੇੜਲਾ ਸੁਨੇਹ ਸੀ, ਅਤੇ ਉਹ ਉਹਨਾਂ ਨੇ ਸਾਨੂੰ ਇਹ ਸੇਵਾ ਸੌਂਪੀ। ਅਸੀਂ ਵੀ ਆਪਣੇ ਵੱਲੋਂ ਆਪਣਾ ਜਿੰਨਾ ਦਸਵੰਧ ਹੈ, ਸਾਰੇ ਜਿੰਨੇ ਵੀ ਸਾਡੇ ਸੱਜਣ ਹੈ, ਅਸੀਂ ਆਪਣੇ ਵੱਲੋਂ ਸਾਰੀ ਦਸਵੰਧ ਕੱਢਦੇ ਹੈਗੇ ਹਾਂ, ਅਤੇ ਅਸੀਂ ਇਹਨੂੰ ਮਤਲਬ ਕਿ ਇਹ ਗਿਆਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਕੇਸ ਵੀ ਹੈ, ਇਹ ਵੀ ਸਾਨੂੰ ਹੌਂਸਲਾ ਬਖਸ਼ਦੇ ਰਹਿੰਦੇ ਆ ਵੀ ਤੁਸੀਂ ਕਰੋ, ਆਹ ਕਰੋ, ਸਾਨੂੰ ਇੱਥੇ ਲੋੜ ਹੈ, ਕਨੇਡਾ ਦੇ ਵਿੱਚ ਕੋਈ ਜ਼ਰੂਰਤ ਹੈ ਕਾਸੇ ਦੀ, ਇਹ ਸਾਡੀ ਅਗਵਾਹੀ ਕਰ ਰਿਹਾ ਹੈ ਗਿਆਨ ਸਿੰਘ ਸੰਧੂ। ਹਾਲਾਂਕਿ ਜਦੋਂ ਅਦਾਲਤਾਂ ਦੇ ਕੇਸ ਹੁੰਦੇ ਨੇ ਤਾਂ ਅਕਸਰ ਆਪਾਂ ਦੇਖਦੇ ਹਾਂ ਕਿ ਬਹੁਤ ਲੰਬੀਆਂ ਤਰੀਕਾਂ ਪੈ ਜਾਂਦੀਆਂ, ਕੋਰਟ ਕਚਹਿਰੀਆਂ ਚੱਕਣਾ, ਜੇ ਕੋਈ ਬੰਦਾ ਪੈ ਜੇ ਤਾਂ ਉਹ ਲੋਟ ਕੰਮ ਨਹੀਂ ਆਉਂਦਾ, ਪਰ ਗੁਰੂ ਦੇ ਉੱਤੇ ਭਰੋਸਾ ਹੋਵੇ, ਵਿਸ਼ਵਾਸ ਹੋਵੇ, ਤਾਂ ਫਿਰ ਉਹ ਹਰ ਚੀਜ਼ ਫਤਿਹ ਹੋ ਜਾਂਦੀ। ਬਿਲਕੁਲ। ਤਾਂ ਜਦੋਂ ਇਹ ਅਦਾਲਤੀ ਕੇਸ ਦੀ ਕਾਰਵਾਈ ਸ਼ੁਰੂ ਹੋਈ ਸੀ ਤਾਂ ਮਨ ਦੇ ਵਿੱਚ ਸੀ ਕਿ ਇਹ ਜਲਦੀ ਤਣਪਤਣ ਲੱਗੇ ਔਰ ਜਲਦੀ ਸੇਵਾ ਸਾਡੇ ਕੋਲ ਆਵੇ? ਬਿਲਕੁਲ, ਅਸੀਂ ਇਹ ਕੇਸ ਦੇ ਨਾਲ ਰਿਲੇਟਡ 2 ਸਾਲ ਤੋਂ ਹੈ, ਅਸੀਂ SGPC ਨਾਲ ਕਾਫੀ ਸਪੋਰਟ ਕੀਤੀ ਹੈ, ਕਿਉਂਕਿ ਪਾਲਟੀ SGPC ਅਤੇ ਪੰਜਾਬ ਸਰਕਾਰ ਅਤੇ ਅਰੋੜਾ ਸੀ, ਅਸੀਂ ਚੌਥੀ ਭੂਮਿਕਾ ਨਿਭਾਈ ਹੈ, ਇੱਕ ਤਾਲਮੇਲ ਦੀ ਭੂਮਿਕਾ ਨਿਭਾਈ ਹੈ, ਅਤੇ ਅਸੀਂ ਇੱਕ ਮਤ, ਅਸੀਂ ਜਿੱਦਾਂ ਵੀ ਕੋਰਟ ਨੇ ਕੱਲ੍ਹ ਫੈਸਲਾ ਕੀਤਾ ਹੈਗਾ, ਪਰਸੋਂ ਦੇ ਅਸੀਂ ਚੰਡੀਗੜ੍ਹ ਦੇ ਵਿੱਚ ਹੀ ਸੀ, ਅਤੇ ਪਹਿਲਾਂ ਅਸੀਂ 3 ਵਕੀਲਾਂ ਨੂੰ ਬਿਠਾਇਆ ਫਾਊਂਡੇਸ਼ਨ ਵੱਲੋਂ, ਅਸੀਂ ਉਹਨਾਂ ਨੂੰ ਇੱਕ ਮਤ ਕੀਤਾ, ਜਿਹੜੇ ਜਿਹੜੇ ਕਿਸੇ ਦੇ ਇਤਰਾਜ਼ ਸੀ ਉਹਨਾਂ ਨੂੰ ਦਰੁਸਤ ਕੀਤਾ, ਫਿਰ ਇੱਕ ਐਗਰੀਮੈਂਟ ਤਿਆਰ ਕੀਤਾ, ਫਿਰ ਉਹ ਐਗਰੀਮੈਂਟ ਅਸੀਂ ਜਾ ਕੇ ਬੜੇ ਤਰੀਕੇ ਨਾਲ, ਜੱਜ ਸਾਹਿਬ ਕੋਲ ਅਸੀਂ ਵੀ ਨਾਲ ਸੀ, ਅਤੇ
ਕੋਰਟ ਦੇ ਵਿੱਚ ਅਸੀਂ ਪੇਸ਼ ਕੀਤਾ ਅਤੇ ਬੜਾ ਸੌਖੇ ਢੰਗ ਨਾਲ ਇਹ ਕਾਰਜ ਅਸੀਂ ਬੜਭਾਗੇ ਹਾਂ ਵੀ ਅਸੀਂ ਕਦੇ ਕੋਰਟ ਦੇ ਵਿੱਚ ਮੈਂ ਨਹੀਂ ਗਿਆ ਸੀ, ਪਹਿਲੀ ਵਾਰ ਕੋਰਟ ਦੇ ਵਿੱਚ ਅਸੀਂ ਗਏ ਤਾਂ ਮਹਾਰਾਜ ਨੇ ਪਹਿਲੀ ਜਿੱਤ ਬਖਸ਼ੀ ਹੈ। ਤਾਂ ਕੱਲ੍ਹ ਉਹ ਖੁਸ਼ੀ ਤਾਂ ਮੈਨੂੰ ਲੱਗਦਾ ਵੱਖਰੀ ਹੋਣੀ ਹੈ ਜਦੋਂ ਇਹ ਤੁਹਾਨੂੰ ਪਤਾ ਚੱਲਿਆ। ਬਿਲਕੁਲ 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 ਜੀ, ਅਤੇ ਸਾਡੇ ਅਸੀਂ ਤਾਂ ਬਹੁਤ ਛੋਟੇ ਹਾਂ, ਸਾਡੇ ਭਾਗਾਂ ਦੇ ਵਿੱਚ ਇਹ ਸੇਵਾ ਹੀ ਅਸੀਂ ਬੜਭਾਗੀ ਸਮਝਦੇ ਹਾਂ ਅਤੇ ਇਹਦੇ ਲਈ ਐਸ ਜੀ ਪੀ ਸੀ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਅਤੇ ਇਸ ਖਾਸ ਕਰਕੇ ਐਸ ਸੀ ਅਰੋੜੇ ਦਾ। ਐਸ ਸੀ ਅਰੋੜੇ ਨੇ ਅਸੀਂ ਜਿਵੇਂ ਵੀ ਉਹਨੂੰ ਕਿਹਾ, ਉਹ ਬਜ਼ੁਰਗ ਨੇ ਸਾਡੀਆਂ ਗੱਲਾਂ ਨੂੰ ਮੰਨ ਲਿਆ ਅਤੇ ਸਾਡੇ 'ਤੇ ਉਹਨੇ ਵਿਸ਼ਵਾਸ ਕੀਤਾ। ਅਸੀਂ ਬਹੁਤ ਛੇਤੀ ਉਹਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਦੇ ਵਿੱਚ ਅਸੀਂ ਉਹਨੂੰ ਸਨਮਾਨ ਕਰਦੇ ਹਾਂ। ਪਰ ਸਮਾਂ ਕਿੰਨਾ ਲੱਗ ਜੂਗਾ ਇਸ ਨੂੰ ਪ੍ਰੀਜ਼ਰਵ ਕਰਨ ਦੇ ਵਿੱਚ, ਕੋਈ ਐਸਟੀਮੇਟ ਤੁਹਾਨੂੰ ਇਸਦਾ ਵੀ ਮਿਲਿਆ? ਇਹ ਐਸਟੀਮੇਟ ਬਣਨ ਤੋਂ ਬਾਅਦ ਪਤਾ ਚੱਲੇਗਾ ਅਤੇ ਅਸੀਂ ਇੱਥੇ ਤਨ ਮਨ ਧਨ ਲਾ ਦਾਂਗੇ ਵੀ ਕੋਈ ਕਿਸੇ ਚੀਜ਼ ਦੀ ਕਸਰ ਨਹੀਂ ਛੱਡੀ ਜਾਊਗੀ ਜੋ ਟੂਰਿਜ਼ਮ ਦੇ ਹੈਰੀਟੇਜ ਦੇ ਨਿਯਮ ਹੋਣਗੇ, ਜੋ ਨਿਯਮਾਂ ਤਹਿਤ ਹੋਏਗਾ ਉਹ ਹਰ ਚੀਜ਼ ਮੌਜੂਦ ਹੋਊਗੀ। ਇਸ ਤੋਂ ਇਲਾਵਾ ਤੁਹਾਡੀ ਸੰਸਥਾ ਵੱਖ ਵੱਖ ਥਾਵਾਂ ਦੇ ਉੱਤੇ ਵੀ ਬਹੁਤ ਕੰਮ ਕਰ ਰਹੀ ਹੈ। ਮੈਂ ਚਾਹਾਂਗਾ ਕਿ ਇੱਕ ਵਾਰ ਸੰਗਤਾਂ ਨਾਲ ਤੁਸੀਂ ਉਹ ਵੀ ਚੀਜ਼ਾਂ ਆਪਣੇ ਪ੍ਰੋਜੈਕਟ ਜ਼ਰੂਰ ਸਾਂਝੇ ਕਰੋ ਕਿਤੇ ਕਿਤੇ ਹੋਰ ਤੁਹਾਡੇ ਪ੍ਰੋਜੈਕਟ ਚੱਲ ਰਹੇ। ਅਸੀਂ ਨਾ ਵਾਤਾਵਰਨ ਦੇ ਨਾਲ ਵੀ ਸਾਡਾ ਬੜਾ ਪ੍ਰੇਮ ਹੈਗਾ। ਅਸੀਂ ਜਿਹੜੇ ਵੀ ਪਿੰਡਾਂ ਦੇ ਵਿੱਚ ਬੋਹੜ ਹੁੰਦੇ ਆ, ਹੁਣ ਕੋਈ 200 ਸਾਲ ਪੁਰਾਣਾ, ਕੋਈ 400 ਸਾਲ ਪੁਰਾਣਾ, ਅਸੀਂ ਉਹਨਾਂ ਨੂੰ ਪ੍ਰਿਜ਼ਰਵ ਕੀਤਾ ਹੈ। ਅਸੀਂ ਕਾਫੀ ਪੈਸਾ ਖਰਚਿਆ ਉਹ ਚੀਜ਼ਾਂ 'ਤੇ ਅਤੇ ਉਹਨਾਂ ਨੂੰ ਉੱਥੇ ਲੋਕ ਆਪਦਾ ਰਹਿਣ ਬਸੇਰਾ ਵੀ ਕਰਦੇ ਆ। ਥੱਲੇ ਜਦੋਂ ਚੌਂਕ ਬਣਦਾ ਤਾਂ ਜਿਹੜੀ ਹੋਰ ਬੋਹੜ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਅਤੇ ਉਹ ਚੀਜ਼ ਅਸੀਂ ਸਾਰਾ ਉਹਦੀ ਸਾਂਭ ਸੰਭਾਲ ਬੋਹੜਾਂ ਦੀ ਅਸੀਂ ਖਾਸ ਕਰਕੇ ਕੁਛ ਰੁੱਖ ਅਸੀਂ ਨਵੇਂ ਲਗਾਉਣ ਦਾ ਵੀ ਸਾਡਾ ਕੀਤਾ ਚੱਲਦਾ ਹੈਗਾ। ਤੀਸਰਾ, ਅਸੀਂ ਪੱਤਰਕਾਰ ਸਾਹਿਬ ਦੱਸ ਦਈਏ ਵੀ ਅਸੀਂ ਕਈ ਸਾਲਾਂ ਤੋਂ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਆ ਨਿਸ਼ਕਾਮ ਤੌਰ 'ਤੇ। ਅਸੀਂ 2020 ਦੇ ਵਿੱਚ ਇੱਕ ਗਦਰੀ ਬਾਬਿਆਂ ਦੀਆਂ ਤਸਵੀਰਾਂ ਕੇਂਦਰੀ ਅਜਾਇਬ ਘਰ ਦੇ ਵਿੱਚ ਅੰਮ੍ਰਿਤਸਰ ਵਿਖੇ ਲਵਾਈਆਂ ਸੀ ਅਤੇ 2018 ਤਸਵੀਰਾਂ ਇੱਕੇ ਦਿਨ ਉਹ ਜਿਹੜੇ ਕੈਨੇਡਾ ਦੇ ਵਿੱਚ ਗਦਰੀ ਬਾਬੇ ਸੀ ਸੋਹਣ ਸਿੰਘ ਭਾਖਣਾ ਸਮੇਤ ਪ੍ਰਿੰਸੀਪਲ ਸਨ ਤੇਜਾ ਸਿੰਘ ਮਸਤੂਆਣਾ ਹੋਰ ਬਹੁਤ ਸਾਰੇ ਸੱਜਣ, ਉਹਨਾਂ ਦੀਆਂ ਤਸਵੀਰਾਂ ਅਸੀਂ ਐੱਸ ਜੀ ਪੀ ਸੀ ਨੂੰ ਕਹਿ ਕੇ ਐੱਸ ਜੀ ਪੀ ਸੀ ਦੇ ਪ੍ਰੈਸ ਬਣਾ ਕੇ ਇੱਕ ਦਿਨ 18 ਤਸਵੀਰਾਂ ਕੇਂਦਰੀ ਅਜਾਇਬ ਘਰ 'ਚ ਲੱਗੀਆਂ ਅਤੇ ਉਸ ਤੋਂ ਬਾਅਦ ਅਸੀਂ ਕੰਮ ਕਰਦੇ ਗਏ ਫਿਰ ਸਾਨੂੰ ਜਦੋਂ ਸਾਡੀ ਹਵੇਲੀ ਦੀ ਰਫ਼ਤਾਰ ਧੀਮੀ ਲੱਗੀ ਤਾਂ ਅਸੀਂ ਬਹੁਤ ਵੱਡੇ ਘੱਟੋ ਘੱਟ 5 ਕਰੋੜ ਰੁਪਈਏ ਦੇ ਅਸੀਂ 4 ਸੋਲਰ ਸਿਸਟਮ ਲਾਏ ਹੈ। ਅੱਛਾ, ਅਸੀਂ ਉਹ ਵੀ ਅਸੀਂ ਆਪਣੇ ਵੱਲੋਂ ਲਾਏ ਨੇ ਅਤੇ ਇੱਕ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿਹੜਾ ਮੇਨ ਹੈਗਾ, ਦੂਸਰਾ ਜੋਤੀ ਸਰੂਪ, ਅਤੇ ਇਹਨਾਂ ਨੂੰ ਪੰਜਾਬ ਰਾਜ ਬਿਜਲੀ ਬੋਰਡ ਤੋਂ ਬਿਲਕੁਲ ਰਹਿਤ ਕਰਤਾ। ਇਹਨਾਂ ਦਾ ਜੋ 10-20 ਲੱਖ ਦਾ ਬਿੱਲ ਸੀ ਉਹ ਇਹਨਾਂ ਦਾ ਜ਼ੀਰੋ ਹੋ ਗਿਆ। ਅਤੇ ਤੀਸਰਾ, ਸਾਨੂੰ ਭਰਾ ਪ੍ਰਧਾਨ ਸਾਹਿਬ ਨੇ ਬੇਨਤੀ ਕੀਤੀ ਵੀ ਤਰਨ ਤਾਰਨ ਸਾਹਿਬ ਵੀ ਤੁਸੀਂ ਕਰੋ। ਤਰਨ ਤਾਰਨ ਸਾਹਿਬ ਵੀ ਬਹੁਤ ਵੱਡਾ ਪ੍ਰੋਜੈਕਟ ਲੱਗਿਆ, ਉਹ ਵੀ ਅਸੀਂ ਬਿਲਕੁਲ ਤਿਆਰ ਕਰਕੇ ਦੇਤਾ। ਅਤੇ ਚੌਥਾ ਪ੍ਰੋਜੈਕਟ ਅਸੀਂ ਸੰਤ ਤਾਤਰ ਸਿੰਘ ਮਸਤੂਆਣਾ ਜੋ ਸਥਾਨ ਹੈ ਸੰਗਰੂਰ ਦਾ, ਅਤੇ ਉੱਥੇ ਅਸੀਂ ਉਹ ਚੌਥਾ ਥੋੜ੍ਹੇ ਦਿਨਾਂ ਦੇ ਵਿੱਚ ਉਹ ਸ਼ੁਰੂ ਕਰ ਰਹੇ ਹਾਂ। 31 ਜਨਵਰੀ ਨੂੰ ਉਹਦਾ ਉਦਘਾਟਨ ਹੋ ਜਾਏਗਾ। ਧੰਨਵਾਦ ਲਖਵਿੰਦਰ ਸਿੰਘ ਜੀ, ਜਸਵਿੰਦਰ ਸਿੰਘ ਜੀ ਸਟੂਡੀਓ 'ਚ ਆਉਣ ਦੇ ਲਈ, ਔਰ ਜਿਸ ਤਰੀਕੇ ਨਾਲ ਪਰਮਾਤਮਾ ਨੇ ਜੋ ਸੇਵਾ ਤੁਹਾਡੀ ਲਈ ਹੈ ਤੁਸੀਂ ਇਸੇ ਤਰੀਕੇ ਨਾਲ ਸੇਵਾ ਨਿਭਾਓ, ਔਰ ਬਹੁਤ ਛੇਤੀ ਜੋ ਸੰਗਤਾਂ ਨੇ ਉਹ ਦਰਸ਼ਨ ਕਰਨ ਦੇ ਲਈ ਉਸ ਇਮਾਰਤ ਦੇ ਜਾਣ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।